ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਆ ਸਾਰੇ ਵਧੀਆ ਹੋਣਗੇ। ਅਤੇ ਤੁਸੀਂ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹੋ, ਉਹਦੇ ਵਾਸਤੇ ਥੈਂਕ ਯੂ ਸੋ ਮਚ ਸਾਰਿਆਂ ਦਾ। ਅਤੇ ਅੱਜ ਤੁਹਾਡੀ ਸਪੈਸ਼ਲ ਡਿਮਾਂਡ ਸੀਗੀ, ਆਪਾਂ ਕੋਈ ਵੀ ਵਲੋਗ ਜਿਹੜਾ ਮਕੈਨੀਕਲ ਦਾ ਨਹੀਂ ਸੀ ਪਾਇਆ, ਮਕੈਨੀਕਲ ਕੰਮਾਂ ਦਾ, ਅੱਜ ਅਸੀਂ ਉਹ ਬਣਾਉਣ ਲੱਗੇ ਹੋਏ ਹਾਂ। ਅਤੇ ਪਹਿਲੀ ਤਾਂ ਗੱਲ ਆ ਪ੍ਰਿੰਸ ਭਾਈ ਦਾ, ਥੈਂਕ ਯੂ। ਅਤੇ ਕੀ ਹਾਲ ਚਾਲ ਹੈ? ਠੀਕ ਠਾਕ ਜੀ, ਬਹੁਤ ਵਧੀਆ। ਅਤੇ ਇਹਨਾਂ ਨੇ ਸਾਨੂੰ ਯਾਦ ਕਰਾਇਆ, ਕਿਉਂਕਿ ਮੈਂ ਇਹਨਾਂ ਕੋਲ ਕੰਮ ਕਰਵਾ ਕੇ ਗਿਆ ਸੀ ਆਪਣੀ ਜਿਪਸੀ ਦਾ, ਅੱਜ ਤੋਂ ਸਾਲ ਪਹਿਲਾਂ ਜਦੋਂ ਮੈਂ ਲੈ ਗਿਆ ਸੀਗਾ। ਅਤੇ ਬਹੁਤ ਵਧੀਆ ਕੰਮ ਕੀਤਾ ਸੀ ਬਾਈ ਨੇ, ਅਤੇ ਬੜਾ ਵਧੀਆ ਲੱਗਿਆ ਸੀ ਸਾਨੂੰ। ਉਦੋਂ ਅੱਜ ਤੱਕ ਮੇਰੀ ਜਿਪਸੀ ਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਈ। ਅਤੇ ਆਪਾਂ ਸਾਰੇ ਕੋਲ ਥੋੜ੍ਹੀ ਇਨਫੋਰਮੇਸ਼ਨ ਲਵਾਂਗੇ, ਵੀ ਸਾਰੀ ਡਿਟੇਲ ਪੁੱਛਾਂਗੇ ਸਾਰੀ, ਵੀ ਕਿਹਦੇ ਰਿਲੇਟਡ ਕੰਮ ਕਰਦੇ। ਵੈਸੇ ਮੈਨੂੰ ਤਾਂ ਸਾਰੀ ਪਤਾ। ਪ੍ਰਿੰਸ ਭਾਈ, ਪਹਿਲਾਂ ਤਾਂ ਥੋੜ੍ਹੀ ਜਿਹੀ ਆਪਣੀ ਇੰਟਰੋ ਦੇ ਦਿਓ। ਭਾਅ ਜੀ, ਮੇਰਾ ਨਾਮ ਮਨਪ੍ਰੀਤ ਸਿੰਘ ਆ, ਅਤੇ ਸਾਡੀ ਨੀਅਰ ਸਪੋਰਟਸ ਕਾਲਜ ਦੇ ਕੋਲ ਗੈਰੇਜ ਆ, ਗੁਰਦਿਆਲ ਸਿੰਘ ਐਂਡ ਸੰਸ ਦੇ ਨਾਮ 'ਤੇ ਗੈਰੇਜ ਆ। ਅਤੇ ਅਸੀਂ ਭਾਅ ਜੀ ਇੰਜਣ ਤੋਂ ਲੈ ਕੇ ਬੋਡੀ ਸ਼ਾਪ ਤੋਂ ਲੈ ਕੇ ਗੱਡੀ ਆਟੋਮੈਟਿਕ ਮੈਨੂਅਲ ਜਿਹੜੀ ਵੀ ਕਰਾਉਣੀ ਹੋਵੇ ਕਿਸੇ ਨੇ ਵੀ, ਸਾਰਾ ਕੰਮ ਕਰੀਦਾ। ਡਿਸਪੋਜ਼ਲ ਵੀ ਲਿਆਉਂਦੇ ਆ ਲੋਕੀ, ਕਈ ਵਿੰਟੇਜ ਕਾਰਾਂ ਪੁਰਾਣੀਆਂ ਲਿਆਉਂਦੇ ਆ ਸਾਡੇ ਕੋਲ ਤਿਆਰ ਕਰਾਉਂਦੇ ਆ, ਇਹ ਸਾਡਾ ਮੇਨ ਪਰਪਸ ਆ ਇਹ ਗੱਡੀਆਂ ਤਰਫ। ਵੈਸੇ ਤਾਂ ਮਤਲਬ ਇਹਨਾਂ ਨੇ ਹੋਰ ਵੀ ਮਤਲਬ ਬੋਡੀ ਸ਼ਾਪ ਦਾ ਮਕੈਨੀਕਲ ਕੰਮ, ਵੈਸੇ ਮੇਨ ਮਕੈਨੀਕਲ ਆ, ਪਰ ਬੋਡੀ ਸ਼ਾਪ ਦਾ ਵੀ ਕੰਮ ਕਰਦੇ ਆ, ਖੁਦ ਕਰਦੇ ਆ। ਅਤੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਪਹਿਲਾਂ ਸਾਡੇ ਕੋਲ ਜਿਪਸੀਆਂ ਨੇ, ਅੱਜ ਮਤਲਬ 3 ਜਿਪਸੀਆਂ, ਇੱਕ ਤਿਆਰ ਕਰਦੇ ਨੇ, ਦੋ ਸਾਡੇ, ਇੱਕ ਤਿਆਰ ਪ੍ਰੋਪਰ ਖੜੀ ਆ, ਅਤੇ ਇੱਕ ਜਿਹੜੀ ਆ ਉਹਦਾ ਥੋੜ੍ਹਾ ਜਿਹਾ ਕੰਮ ਆ। ਤੁਹਾਨੂੰ ਸਾਰੀ ਡਿਟੇਲ ਦਿੰਦੇ ਹਾਂ, ਬਾਕੀ ਜਿਹੜੀ ਡਿਟੇਲ ਆ ਉਹ ਸਾਰੀ ਵੀਡੀਓ ਦੇ ਲਾਸਟ ਤੱਕ ਹੋਊਗੀ, ਲਾਸਟ ਦੇਵਾਂਗੇ ਅਸੀਂ ਇੰਟਰੋ ਪੂਰੀ ਪ੍ਰੋਪਰ, ਅਤੇ ਕਿੰਨਾ ਖਰਚਾ ਆਉਂਦਾ ਆ, ਕੀ ਸਿਸਟਮ ਆ, ਕਿੰਨਾ ਟਾਈਮ ਲੱਗਦਾ ਆ। ਹਾਂਜੀ ਵੀ ਦੋਸਤੋ, ਅਸੀਂ ਸਾਡੇ ਕੋਲ ਇਸ ਟਾਈਮ ਜਿਪਸੀ ਵਾਈਟ ਕਲਰ ਵਾਲੀ, ਪਹਿਲਾਂ ਹੀ ਤੁਹਾਨੂੰ ਦਿਖਾਉਣੀ ਪਸੰਦ ਕਰਾਂਗੇ। ਕਿਉਂ ਪ੍ਰਿੰਸ ਭਾਈ, ਪਹਿਲਾਂ ਇਹਦੀ ਬੜੀ ਡਿਟੇਲ ਦੇਖੇ। ਭਾਅ ਜੀ, ਇਹ ਜਿਪਸੀ ਹੈਗੀ 2006 ਮਾਡਲ ਆ, ਇਹ ਸਿਵਲ ਆ, ਅਤੇ ਇਹ ਆਪਣੇ ਸ਼ੌਂਕੀਆ ਤੌਰ 'ਤੇ ਤਿਆਰ ਕੀਤੀ। ਇਹਨੂੰ ਬੰਪਰ ਲੱਗਾ ਵੱਡਾ, LED ਲਾਈਟਾਂ ਲਾਈਆਂ, ਆਟੋਮੈਟਿਕ ਆ, ਟੋਇਟਾ ਦਾ ਇੰਜਣ ਆ, ਟੋਇਟਾ 2C 2200cc ਇੰਜਣ ਆ, ਵੀਲ ਇਹਨੂੰ ਵੱਡੇ ਪਾਏ ਹੋਏ ਆ। ਅਤੇ ਬਾਕੀ ਆਪਣੇ ਸ਼ੌਂਕੀਆ ਤੌਰ 'ਤੇ ਜੇ ਕਿਸੇ ਨੇ ਵੀ ਜਿੱਦਾਂ ਤਿਆਰ ਕਰਨੀ ਹੋਵੇ, ਕੋਈ ਵੀ ਸਮਾਨ ਜਿੰਨਾ ਵੀ ਲਵਾਉਣਾ ਹੋਵੇ, LED ਲਾਈਟਾਂ, ਫੋਗ ਲਾਈਟਾਂ ਵੱਡੀਆਂ ਲਵਾਉਣੀਆਂ ਹੋਣ, ਰੂਫ ਲਵਾਉਣਾ ਹੋਵੇ, ਕੁਛ ਵੀ ਕਰ ਸਕਦੇ ਹਾਂ। ਹਾਂਜੀ ਹਾਂਜੀ, ਅਸੀਂ ਤਾਂ ਨਾਲ ਨਾਲ ਜਿਪਸੀ ਵੀ ਦਿਖਾਉਂਦੇ ਹਾਂ, ਨਾਲ ਨਾਲ ਤੁਹਾਨੂੰ ਡਿਟੇਲ ਵੀ ਦਿੰਦੇ ਹਾਂ। ਇਹਨਾਂ ਨੇ ਪਹਿਲੀ ਗੱਲ ਬੰਪਰ ਤਿਆਰ ਕੀਤਾ, ਬੜਾ ਸੋਹਣਾ ਬੰਪਰ ਆ, ਤੁਸੀਂ ਦੇਖ ਸਕਦੇ ਹਾਂ, ਮਤਲਬ ਛੋਟਾ ਹੈ, ਜਿਪਸੀ ਨੂੰ ਬੜਾ ਸ਼ੂਟ ਕਰ ਰਹੇ ਹਾਂ, ਨਾਲ ਵਿੱਚ ਲਾਈਟਾਂ ਦਿੱਤੀਆਂ ਇਹਨਾਂ ਨੇ ਛੋਟੀਆਂ, ਉਹਨੂੰ ਮਤਲਬ ਲਾਈਟਾਂ ਲਾਈਆਂ ਨੇ, ਹੁੱਕਸ ਲਾਈਆਂ ਨੇ। ਭਾਅ ਜੀ, ਇਹ ਸਵਿਫਟ ਦੀਆਂ ਫੋਗ ਲਾਈਟਾਂ ਆ, ਉੱਦਾਂ ਕਈ LED ਲਾਈਟਾਂ ਵੀ ਲਾਉਂਦੇ ਆ, ਬਟ ਆਪਾਂ ਜੈਨੂਅਨ ਪਾਰਟ ਕਰਕੇ ਵੀ ਇਹਨੂੰ ਸਵਿਫਟ ਦੀਆਂ ਲਾਈਟਾਂ ਲਵਾਈਆਂ। ਹਾਂਜੀ ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਨਾਲ ਨਾਲ ਇਹਨਾਂ ਨੇ ਬਾਈ ਨੇ ਇਹਨੂੰ ਮੋਡੀਫਾਈ ਮਤਲਬ ਕਰਕੇ ਲਾਈਟਸ ਵੀ ਦੂਜੀਆਂ ਲਾਈਆਂ ਨੇ, ਇਹਦਾ ਰਿੰਗ ਵੀ ਜਗਦਾ ਸਾਰਾ, ਤੁਹਾਨੂੰ ਜਗਦੀ ਵੀ ਦਿਖਾਉਂਦੇ ਹਾਂ ਅਸੀਂ। ਅਤੇ ਆਜੋ ਨਾਲ ਨਾਲ ਤੁਸੀਂ ਹੁਣ ਜਿਹੜੀ ਮੇਨ ਚੀਜ਼ ਦੇਖਣ ਵਾਲੀ, ਮੈਨੂੰ ਬਾਈ ਨੇ ਲਾਈਟਾਂ ਵੀ ਇਹਨੂੰ ਲਾਈਆਂ, ਬੜੀਆਂ ਸੋਹਣੀਆਂ ਲੱਗੀਆਂ ਹੋਈਆਂ ਨੇ, ਅਤੇ ਆਮ ਟ੍ਰੈਂਡ 'ਚ ਵੀ ਹੁੰਦੀਆਂ ਨੇ, ਅਤੇ ਲਾਈਟਾਂ ਲਾਉਣ ਦਾ ਡਿਜ਼ਾਇਨ ਵੀ ਬੜਾ ਵਧੀਆ ਹੈ। ਤੁਸੀਂ ਹੁਣ ਕਾਪੀ ਮਾਰ ਲੈਣੀ ਹੈ ਸਾਨੂੰ ਪਤਾ, ਪਰ ਇਹ ਹੈ ਕਿ ਬੋਡੀ 'ਚ ਕੋਈ ਪ੍ਰੋਬਲਮ ਨਹੀਂ ਆਊਗੀ। ਕਈ ਬੋਡੀ 'ਚ ਸੁਰਾਖ ਮਾਰ ਕੇ ਕਰ ਦਿੰਦੇ, ਉਹਨਾਂ ਕੇ ਬੋਡੀ ਖਰਾਬ ਹੁੰਦੀ ਆ, ਪਰ ਮੇਰੀ ਗੱਡੀ 'ਚ ਉਹਨਾਂ ਨੇ ਸੁਰਾਖ ਮਾਰ ਕੇ ਲਾਈਆਂ ਸੀ। ਮੈਂ ਤੁਹਾਨੂੰ ਦਿਖਾਊਂਗਾ ਆਪਣੀ ਜਿਪਸੀ, ਕਿਉਂਕਿ ਉਹਨਾਂ ਨੂੰ ਜਲਦੀ ਸੀਗੀ, ਔਰ ਉਦੋਂ ਅਸੀਂ ਲੇਹ ਜਾਣਾ ਸੀ, ਜਲਦੀ ਜਾਣਾ ਸੀ, ਤਾਂ ਕਰਕੇ ਅਸੀਂ ਮਤਲਬ ਕੀਤਾ ਸੀ। ਹਾਂਜੀ ਹਾਂਜੀ, ਤੇ ਬਾਕੀ ਆਜੋ ਅਗਲੇ, ਮੈਂ ਤੁਹਾਨੂੰ ਦਿਖਾਉਂਦੇ ਹਾਂ ਇਹਨੂੰ ਵੱਡਾ ਅਲੋਏ, ਇਹ ਕਿੰਨੇ ਇੰਚੀ ਪਾਇਆ? ਇਹ ਭਾਜੀ 19 ਇੰਚ ਦਾ ਅਲੋਏ ਆ। ਅੱਛਾ, ਇਹ ਇੰਡੈਵਰਾਂ ਨੂੰ ਜਾਂ ਫੋਰਚੂਨਰ ਨੂੰ, ਦੋਵਾਂ ਗੱਡੀਆਂ ਨੂੰ ਆਉਂਦਾ ਆ। ਤੇ ਇਹਨੂੰ ਟਾਇਰ ਆਪਾਂ ਮਤਲਬ ਇਹ 'ਚ ਕੋਈ ਮੋਡੀਫਿਕੇਸ਼ਨ ਹੋਰ ਨਹੀਂ ਕੀਤੀ? ਹਾਂਜੀ ਭਾਜੀ, ਨਹੀਂ, ਇਹਨੂੰ ਸਪੇਸਰ ਪਾਉਣੇ ਪੈਂਦੇ ਆ। ਅੱਛਾ, ਤੇ ਉਹ ਜਿਹੋ ਜਿਹਾ ਵੀਲ ਹੋਵੇ ਉਹੋ ਜਿਹਾ ਸਪੇਸਰ ਅਸੀਂ ਬਣਾ ਦਈਦਾ ਆ। ਕੋਈ ਇਸ਼ੂ ਨਹੀਂ ਹੈਗਾ, ਗਾਹਕ ਲੈ ਕੇ ਆਵੇ ਜਾਂ ਸਾਨੂੰ ਕਹਿ ਦੇਣ ਜਾਂ ਬਾਹਰੋਂ ਕਿਸੇ ਤੋਂ ਵੀ ਕਹਿਣਾ ਹੋਵੇ ਉਹਨਾਂ ਨੇ, ਵੀਲ ਪ੍ਰੋਵਾਈਡ ਕਰਾ ਦਈਦਾ ਜੇ ਸਾਨੂੰ ਕਹਿਣ ਤਾਂ, ਤੇ ਸਪੇਸਰ ਬਣਾ ਕੇ ਫੇਰ ਚੜ੍ਹਦੇ ਇਹਨੂੰ, ਵੱਡੇ ਵੀਲ ਕੋਈ ਵੀ ਆ। ਭਾਅ ਜੀ, ਅਸੀਂ ਬੋਡੀ ਸ਼ਾਪ ਤੋਂ ਲੈ ਕੇ ਟੋਟਲੀ ਸਾਰਾ ਕੰਮ ਕਰੀਦਾ ਆ, ਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਵੀ ਕਰਾਉਣਾ ਹੋਵੇ, ਪਿਛਲਾ ਬੰਪਰ ਜੇ ਕਿਸੇ ਨੇ ਵੱਡਾ ਬਣਵਾਉਣਾ ਹੋਵੇ ਉਹ ਵੀ ਵੱਡਾ ਬਣ ਜਾਂਦਾ ਆ, ਹੁਣ ਆ ਵੀਲ ਟੰਗਿਆ ਆ, ਕਈ ਆਪਣੇ ਨੰਬਰ ਵੀ ਮਹਿੰਗੇ ਮਿਲ ਜਾਂਦੇ ਆ, ਕੋਈ ਨੰਬਰ ਲੈਣਾ ਹੋਵੇ ਕਿਸੇ ਨੇ ਪਸੰਦ ਦਾ, ਛੋਟੇ ਨੰਬਰ ਅੱਜ ਕੱਲ੍ਹ ਚੱਲ ਰਹੇ ਆ, ਟ੍ਰੈਂਡ 'ਚ ਆ, ਇਹ ਚੀਜ਼ਾਂ ਮਿਲ ਜਾਂਦੀਆਂ, ਸਾਰਾ ਕੁਛ ਪੇਡ ਚੀਜ਼ਾਂ ਹੁੰਦੀਆਂ ਆ। ਕਲਰ ਬੋਡੀ ਸ਼ਾਪ ਤੋਂ ਲੈ ਕੇ A to Z ਅਸੀਂ ਹਰ ਚੀਜ਼ ਕਰੀ ਦੀ, ਮਕੈਨੀਕਲ ਜੋਬ ਹਰ ਚੀਜ਼ ਇਹਦੇ 'ਚ। ਜਿੱਦਾਂ ਭਾਅ ਜੀ ਹੁਣ ਇੱਥੇ ਤਰਪਾਲ ਲਾ ਦਿੱਤੀ ਅਸੀਂ, ਉੱਦਾਂ ਇਹਦੇ 'ਚ ਸੀਟਾਂ ਦੀ ਵੀ ਆਪਸ਼ਨ ਹੈਗੀ, ਸੀਟਾਂ ਵੀ ਲੱਗ ਜਾਣਗੀਆਂ। ਫਿਰ ਅਸੀਂ ਆ ਕੈਬਿਨ ਬਣਾਤਾ, 10 ਇੰਚ ਵੱਡਾ ਕੈਬਿਨ ਬਣਾਇਆ ਤਾਂ ਕਿ ਇਹਦੇ ਅੰਦਰ ਜੋ ਵੀ ਮਿਊਜ਼ਿਕ ਸਿਸਟਮ ਪਿਆ ਹੋਇਆ, ਇਸ ਕਰਕੇ ਤੁਸੀਂ ਫਿਕਸ ਕੈਬਿਨ ਕਹਿੰਦੇ ਆ ਤਾਂ ਉਹ ਵੀ ਬਣ ਜਾਂਦਾ ਆ, ਬਟ ਚੱਕਵਾਂ ਆ ਜੇ ਕਿਸੇ ਬੰਦੇ ਨੇ ਆਫ ਰੋਡਿੰਗ ਕਰਨੀ ਹੋਵੇ ਤਾਂ ਪਾਣੀ ਪੂਣੀ ਤੋਂ ਪ੍ਰੋਬਲਮ ਹੁੰਦੀ ਆ, ਪਾਣੀ ਅੰਦਰ ਸਟੋਰ ਨਹੀਂ ਹੁੰਦਾ, ਇਸ ਕਰਕੇ ਹਰ ਚੀਜ਼ ਭਾਅ ਜੀ ਅਸੀਂ ਕਰ ਦਈਦੀ ਆ ਬੰਦੇ ਦੀ ਡਿਮਾਂਡ ਦੇ ਹਿਸਾਬ ਨਾਲ। ਹੁਣ ਤੁਹਾਨੂੰ ਭਾਅ ਜੀ ਮੈਂ ਅੰਦਰੋਂ ਗੱਡੀ ਦਿਖਾਉਣਾ, ਜਿਵੇਂ ਆਹ ਦੇਖ ਲਓ ਅੰਦਰੋਂ ਪ੍ਰੋਪਰ ਗੱਡੀ ਤਿਆਰ ਕੀਤੀ ਹੋਈ ਹੈ। ਮੈਟਿੰਗ ਨਹੀਂ ਕੀਤੀ ਇਸ ਕਰਕੇ ਕਿਉਂਕਿ ਗੱਡੀ ਆਫ ਰੋਡਿੰਗ 'ਤੇ ਲੈ ਕੇ ਜਾਂਦੇ ਆ ਜਾਂ ਕਦੇ ਪਾਣੀ ਪੂਣੀ ਆਉਂਦੀ ਆ, ਫਿਰ ਮੈਟਿੰਗ 'ਚ ਪ੍ਰੋਬਲਮ ਆ ਜਾਂਦੀ ਆ, ਇਸ ਕਰਕੇ ਜਿੱਦਾਂ ਪਿੱਛੇ ਸਿਸਟਮ ਲੱਗਾ, ਆਟੋਮੈਟਿਕ ਸ਼ਿਫਟਰ ਆ, ਮਿਊਜ਼ਿਕ ਪਲੇਅਰ ਲੱਗਾ, ਹਰ ਚੀਜ਼ ਲੱਗੀ ਆ। ਜਿੱਦਾਂ ਭਾਅ ਜੀ ਹੁਣ ਅਸੀਂ ਇਹਦੇ 'ਚ ਅਲਟਰੇਸ਼ਨ
ਇਹਦੇ ਵਿੱਚ ਭਾਅ ਜੀ ਟੋਇਟਾ 2C ਇੰਜਣ ਆ, ਇਹ 2200 ਸੀਸੀ ਇੰਜਣ ਹੁੰਦਾ ਆ, ਟਰਬੋ ਇੰਜਣ ਆ, ਬਹੁਤ ਵਧੀਆ ਐਵਰੇਜ ਪੱਖੋਂ ਜਿਹੜੇ ਬੰਦੇ ਸ਼ੌਕੀਨ ਦੇ ਜਿਨ੍ਹਾਂ ਨੇ ਐਵਰੇਜ ਲੈਣੀ ਆ ਉਹਨਾਂ ਵਾਸਤੇ ਹੁੰਦਾ। ਇਹ 'ਚ ਪਾਵਰ ਸਟੀਅਰਿੰਗ, AC ਹਰ ਚੀਜ਼ ਦੀ ਆਪਸ਼ਨ ਹੈਗੀ ਆ। ਇਹ ਸਪੈਸ਼ਲੀ ਜਿੱਦਾਂ ਕੋਈ ਕਹੇ ਤਾਂ ਅਸੀਂ ਕਰੋਮ ਵੀ ਕਰ ਦਈਦਾ, ਉੱਦਾਂ ਹੁਣ ਤਾਂ ਕਰਨ ਲੱਗ ਪਏ ਹਾਂ, ਬਟ ਜੇ ਕੋਈ ਕਹਿੰਦਾ ਅਸੀਂ ਹਰ ਚੀਜ਼ ਕਰੋਮ, ਨਟ ਬੋਲਟ ਤੋਂ ਲੈ ਕੇ ਹਰ ਚੀਜ਼ ਕਰੋਮ ਕਰੀਦੀ ਆ। ਇਹ ਤੁਸੀਂ ਦੇਖੀ ਜਿਹੜੀ ਪਹਿਲੀ ਵਾਲੀ ਜਿੱਥੀ, ਇਹਨਾਂ ਨੇ ਇਹਨੂੰ ਬਹੁਤ ਸੋਹਣਾ ਤਿਆਰ ਕੀਤਾ ਹੋਇਆ, ਮਤਲਬ ਇਹਨਾਂ ਨੇ ਕਲਰ ਵਗੈਰਾ, ਬੋਡੀ ਵਰਕ ਜਿਹੜਾ ਆਪ ਹੀ ਕੀਤਾ, ਤੁਹਾਨੂੰ ਵਰਕਸ਼ਾਪ ਵੀ ਦਿਖਾਊਂਗਾ ਇਹਨਾਂ ਦੀ ਮੈਂ, ਅਤੇ ਬਾਕੀ ਜਿਹੜੀ ਤੁਹਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਅਸੀਂ ਡਿਟੇਲ ਲਾਸਟ ਦੇਵਾਂਗੇ, ਅਤੇ ਸਾਰੀ ਟਾਈਮ ਵੀ ਦੱਸਾਂਗੇ ਕਿੰਨਾ ਲੱਗਿਆ। ਅਤੇ ਹੁਣ ਤੁਹਾਨੂੰ ਮਗਰ ਵਾਲੀ ਜਿੱਥੀ ਦਿਖਾਉਂਦੇ ਹਾਂ, ਬਲੈਕ ਵਾਲੀ, ਹੈ ਨਾ ਪ੍ਰਿੰਸ ਭਾਈ? ਬਿਲਕੁਲ ਬਿਲਕੁਲ ਭਾਅ ਜੀ, ਉਹ ਵੀ ਤਿਆਰ ਕੀਤੀ ਆ, ਉਹਦੇ 'ਚ ਇਸੂਜ਼ੂ ਇੰਜਣ ਆ, 2400 ਸੀਸੀ ਇੰਜਣ ਆ, ਉਹ ਵੀ ਵਧੀਆ ਇੰਜਣ ਹੁੰਦੇ ਆ, ਅਤੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਉਹ ਵੀ ਤਿਆਰ ਕੀਤੀ ਗੱਡੀ ਤੁਹਾਨੂੰ ਉਹ ਦਿਖਾਉਂਦੇ। ਹਾਂਜੀ, ਜਿੱਦਾਂ ਭਾਅ ਜੀ ਆਹ 2400 ਸੀਸੀ ਇੰਜਣ ਆ, ਇਹਦੇ 'ਚ ਵੀ ਪਾਵਰ ਸਟੀਅਰਿੰਗ ਲੱਗਾ ਹੋਇਆ, ਟਰਬੋ ਇੰਜਣ ਆ ਇਹ ਵੀ, ਇਹ ਥੋੜ੍ਹਾ ਉਹ ਤੋਂ ਵੱਡਾ ਹੁੰਦਾ, ਬਸ ਇਹ ਨੋਇਸ ਹੁੰਦੀ ਇਹਦੀ ਥੋੜ੍ਹੀ ਜੀ, ਟੋਇਟਾ ਥੋੜ੍ਹਾ ਸਾਇਲੈਂਟ ਹੁੰਦਾ ਆ, ਉਹਦੀ ਸਾਊਂਡ ਇੰਨੀ ਨਹੀਂ ਹੁੰਦੀ, ਉਹ ਪੈਟਰੋਲ ਵਰਗੀ ਆਵਾਜ਼ ਹੁੰਦੀ ਆ, ਇਹਦੀ ਥੋੜ੍ਹੀ ਜਿਹੀ ਸਾਊਂਡ ਹੁੰਦੀ ਹੈ, ਇਸ ਕਰਕੇ ਲੋਕ ਇਹਨੂੰ ਘੱਟ ਰਖਾਉਂਦੇ, ਬਟ ਬਹੁਤ ਪਾਵਰਫੁਲ ਇੰਜਣ ਆ, ਸੋਲਿਡ ਇੰਜਣ ਆ, ਹੈਵੀ ਇੰਜਣ ਆ, ਅਤੇ ਆਪਸ਼ਨਲੀ ਇਹਦੇ ਵਿੱਚ AC ਵੀ ਹੁੰਦਾ, ਜੇ ਕਿਸੇ ਨੇ ਚਲਾਉਣਾ ਹੋਵੇ, ਬ੍ਰੈਕਟ ਲੱਗੇ ਹੁੰਦੇ, ਕੰਪਰੈਸਰ, ਕੂਲਿੰਗ ਕੋਇਲ ਲਵਾ ਕੇ AC ਵੀ ਚੱਲ ਸਕਦਾ, ਹਰ ਗੱਡੀ ਦੇ ਵਿੱਚ AC ਦੀ ਆਪਸ਼ਨ ਹੁੰਦੀ ਆ, ਅਸੀਂ ਕਰਕੇ ਦਈਦਾ ਹਰ ਚੀਜ਼। ਇਸ ਗੱਡੀ ਦਾ ਅਜੇ ਫਿਲਹਾਲ ਤਾਂ ਥੋੜ੍ਹਾ ਜਿਹਾ ਮੋਡੀਫਿਕੇਸ਼ਨ ਇਹਨਾਂ ਨੇ ਕੀਤੀ ਆ, ਥੋੜ੍ਹਾ ਬੰਪਰ ਸੀਗਾ, ਲਾਈਟਸ ਚੇਂਜ ਕੀਤੀਆਂ ਇਹਦੀਆਂ, ਤੁਹਾਨੂੰ ਦਿਖਾਉਣਾ ਮੈਂ, ਅਤੇ ਬਾਕੀ ਇਹਦਾ ਕੰਮ ਅਜੇ ਚੱਲ ਰਿਹਾ ਆ, ਇਸ ਕਰਕੇ ਜੀ ਡਿਟੇਲ ਜਿਹੜੀ ਜ਼ਿਆਦਾ ਨਹੀਂ ਅਸੀਂ ਦੇ ਸਕਦੇ, ਪਰ ਜਿਹੜੀ ਪ੍ਰੋਪਰ ਜਿਪਸੀ ਤਿਆਰ ਕੀਤੀ ਸੀ ਤੁਸੀਂ ਪਹਿਲਾਂ ਵਾਈਟ ਵਾਲੀ ਦੇਖ ਲਈ, ਅਤੇ ਆਪਣੀ ਮਰਜ਼ੀ ਦੀ ਵੀ ਤੁਸੀਂ ਕਰਵਾ ਸਕਦੇ ਹੋ, ਬਾਕੀ ਤੁਹਾਨੂੰ ਇਹ ਜਿਹੜੀ ਜਿਪਸੀ ਸੀ ਇਹਦਾ ਇੰਜਣ ਫਿਲਹਾਲ ਇਹਨਾਂ ਨੇ ਚੇਂਜ ਕੀਤਾ, ਕੁਛ ਹੋਰ ਕੰਮ ਸੀ, ਹੈ ਨਾ ਇਹਨਾਂ ਕੀ ਆਪਣੇ? ਬਿਲਕੁਲ ਭਾਅ ਜੀ, ਇਹਦਾ ਹੁਣ ਉੱਦਾਂ ਬੋਡੀ ਸ਼ੋਪ ਦਾ ਵੀ ਕੰਮ ਕਰਨਾ, ਬੰਪਰ ਵੀ ਇਹਦਾ ਰੈਡੀ ਹੋਣਾ ਆ, ਜਿੰਨਾ ਕੁ ਬੰਦੇ ਨੇ ਡਿਮਾਂਡ ਦੇ ਹਿਸਾਬ ਨਾਲ ਅਸੀਂ ਕਰੀਦਾ, ਕਿ ਜਿੰਨਾ ਕੁ ਬੰਦਾ ਕਹਿੰਦਾ ਰਹਿੰਦਾ ਸਟੈਪ ਬਾਏ ਸਟੈਪ ਕਰੇ, ਕੋਈ ਗੱਲ ਨਹੀਂ, ਕੋਈ ਇਸ਼ੂ ਨਹੀਂ ਹੈਗਾ, ਅਸੀਂ ਕਰੀਦਾ। ਤੁਸੀਂ ਦੇਖ ਸਕਦੇ ਹੋ ਜਿਵੇਂ ਇਹਨਾਂ ਨੇ ਇਹਦੀਆਂ ਲਾਈਟਸ ਵੀ ਉਹ ਸੇਮ ਉਹਦੇ ਨਾਲ ਕੀਤੀਆਂ ਨੇ, ਬੰਪਰ ਥੋੜ੍ਹਾ ਹੋਰ ਡਿਜ਼ਾਈਨ ਦਾ ਕੀਤਾ ਤਿਆਰ, ਇਹ ਤਿਆਰ ਹੋ ਰਿਹਾ ਅਜੇ, ਅਤੇ ਇਸ ਕਰਕੇ ਇਹਦੇ ਜਿਹੜੇ ਟਾਇਰ ਨੇ ਇਹਦੇ ਵੀ ਮਤਲਬ ਉਹਦਾ ਲੋਏ ਪਏ ਹੋਏ ਨੇ, ਅਤੇ ਇਹਨੂੰ ਬਾਹਰ ਲੱਗੀ ਹੋਈ ਆ ਉੱਤੇ, ਅਤੇ ਇਹਦਾ ਕੰਮ ਬਾਕੀ ਤਾਂ ਅਜੇ ਕਰਨ ਵਾਲਾ ਇਹਨਾਂ ਦਾ, ਬਾਕੀ ਫਿਲਹਾਲ ਤੁਹਾਨੂੰ ਇੰਨੀ ਕੁ ਦਿਖਾ ਸਕਦੇ ਹਾਂ। ਤੁਹਾਨੂੰ ਇਹਨਾਂ ਦੀ ਵਰਕਸ਼ਾਪ ਦਿਖਾਉਂਦੇ ਹਾਂ ਥੋੜ੍ਹੀ ਜਿਹੀ, ਪਰ ਸਾਡੇ ਕੋਲ ਇੱਕ ਵਿੱਲੀ ਹੋਰ ਤਿਆਰ ਇਹਨਾਂ ਕੀਤੀ ਹੋਈ, ਜਿਹੜੀ ਆਟੋਮੈਟਿਕ ਕੀਤੀ ਸੀ, ਉਹ ਤੁਹਾਨੂੰ ਬਾਅਦ ਦਿਖਾਉਂਦੇ ਹਾਂ, ਵਰਕਸ਼ਾਪ 'ਚ ਇੱਕ ਜਿੱਥੇ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ, ਇਹ ਤਿਆਰ ਕਰ ਰਹੇ ਆ ਉਹਨੂੰ, ਮਤਲਬ ਇਹ ਸਾਰਾ ਹੀ ਕੰਮ ਇਧਰ ਆਪਾਂ ਕਰਨਾ ਪ੍ਰਿੰਸ? ਬਿਲਕੁਲ ਭਾਅ ਜੀ, A to Z, ਜਦੋਂ ਗੱਡੀ ਲਿਆਈ ਦੀ ਆ ਅਸੀਂ 0 ਤੋਂ ਸ਼ੁਰੂ ਕਰੀਦਾ ਆ, ਮਕੈਨੀਕਲ, ਬੋਡੀ ਸ਼ੋਪ, ਡੈਂਟਿੰਗ, ਪੈਂਟਿੰਗ, ਬੰਪਰ, ਹਰ ਚੀਜ਼, AC ਤੋਂ ਲੈ ਕੇ ਪਾਵਰ ਸਟੀਅਰਿੰਗ, ਕੁਛ ਵੀ ਲਵਾਉਣਾ ਆ, ਜਿੰਨੀ ਦੇਰ ਤੱਕ ਗੱਡੀ ਰੈਡੀ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਅਸੀਂ ਇੱਥੇ ਪੂਰਾ ਕੰਮ ਕਰੀਦਾ ਆ। ਕਿਸੇ ਨੇ ਸੀਟਾਂ ਕਰਾਉਣੀਆਂ, ਇਲੈਕਟ੍ਰੋਨਿਕ ਸੀਟਾਂ ਵੀ ਲਾ ਦੀ ਦੀਆਂ ਅਸੀਂ, ਜੇ ਕਿਸੇ ਨੇ ਲਿਆਉਂਦੀਆਂ ਹੋਣ ਜਾਂ ਸਾਨੂੰ ਕਹਿ ਦੇਣਾ, ਅਸੀਂ ਵੀ ਮੰਗਾ ਦੀ ਦੀਆਂ ਆ, ਹਰ ਚੀਜ਼ ਹੋ ਜਾਂਦੀ ਆ ਭਾਅ ਜੀ। ਤੁਹਾਨੂੰ ਅਸੀਂ ਅੰਦਰੋਂ ਦਿਖਾਉਂਦੇ ਆ ਵਰਕਸ਼ਾਪ ਇਹਨਾਂ ਦੀ ਹੁਣ ਆ ਜਾਓ। ਹਾਂਜੀ, ਜਿੱਦਾਂ ਭਾਅ ਜੀ ਆਹ ਜਿਪਸੀ ਆ, ਇਹ ਡਿਸਪੋਜ਼ਲ ਜਿਪਸੀ ਆ, 2006 ਮਾਡਲ ਆ, ਇਹ ਅਸੀਂ ਇਹ ਲੋਟ ਹੋਈਆਂ ਹੁੰਦੀਆਂ ਜਿਹੜੀਆਂ ਫੌਜੀਆਂ ਵੱਲੋਂ, ਅਤੇ ਇਹ ਉਹ ਲਿਆ ਕੇ ਇਹਨੂੰ ਪ੍ਰੋਪਰ ਤਿਆਰ ਕਰਨਾ। ਹੁਣ ਇੰਜਣ ਇਹਦਾ ਕੱਢਤਾ, ਪੈਟਰੋਲ ਇੰਜਣ ਹੁੰਦਾ ਇਹਦਾ, MPF, ਅਤੇ 4x4 ਹੁੰਦੀ ਹੈ ਇਹਦੇ ਤੋਂ, ਜਿੱਦਾਂ ਡਿਮਾਂਡ ਆ ਹੁਣ ਬੰਦੇ ਕਹਿੰਦੇ ਅਸੀਂ ਆਟੋਮੈਟਿਕ ਤਿਆਰ ਕਰਾਉਣੀ, ਇਹਦੇ ਵਿੱਚ ਇੰਜਣ ਕੱਢ ਕੇ ਟੋਇਟਾ 2C ਇੰਜਣ ਆਟੋਮੈਟਿਕ ਰੱਖਾਂਗੇ, ਪਾਵਰ ਸਟੀਅਰਿੰਗ ਲਾਵਾਂਗੇ, ਫਿਰ AC ਦੀ ਵੀ ਇਹਦੇ 'ਚ ਡਿਮਾਂਡ ਹੈਗੀ, AC ਲਾਉਣਾ ਆ, 0 ਤੋਂ ਸ਼ੁਰੂ ਕਰੀਦਾ ਅਸੀਂ, ਸਾਰਾ ਹੀ ਕੰਮ ਕਰਕੇ ਦੇਈਦਾ ਬੰਦੇ ਨੂੰ। ਇਹ ਇਹਨਾਂ ਜਿਪਸੀ ਅਜੇ ਤਿਆਰ ਕਰ ਰਹੇ, ਬਾਕੀ ਇਹਨਾਂ ਕੋਲ ਅੰਦਰ ਹੋਰ ਵੀ ਮਤਲਬ ਜ਼ਰੂਰੀ ਨਹੀਂ ਹੈ ਇਕੱਲੀਆਂ ਜਿਪਸੀਆਂ ਦਾ ਹੀ ਕੰਮ ਕਰਦੇ ਆ, ਮਤਲਬ ਇਹਨਾਂ ਕੋਲ ਤੁਸੀਂ ਪਿੱਛੇ ਦੇਖ ਸਕਦੇ ਹੋ, ਇੱਕ ਇਹਨਾਂ ਕੋਲ ਉਹ ਥਾਰ ਵੀ ਖੜੀ ਆ, ਮਤਲਬ ਇਹ ਥਾਰਾਂ ਦਾ ਵੀ ਕੰਮ ਕਰਦੇ ਆ, ਜੀਪਾਂ ਸਾਰੀਆਂ ਦਾ, ਗੱਡੀਆਂ ਦਾ ਵੀ ਕਰਦੇ ਆ, ਮਤਲਬ A to Z ਕੰਮ, ਮਕੈਨੀਕਲ ਜਿਹੜਾ ਵਾ ਪਹਿਲੇ ਨੰਬਰ 'ਤੇ, ਇਹ ਜ਼ਿਆਦਾ ਮਕੈਨੀਕਲ ਨੂੰ ਡੀਲ ਕਰਦੇ ਆ। ਅਤੇ ਤੁਹਾਨੂੰ ਦਿਖਾਉਂਦੇ ਹਾਂ ਪਿੱਛੇ ਇੱਕ ਹੋਰ ਜੀਪ ਇਹ ਆਪ ਤਿਆਰ ਕਰ ਰਹੇ ਆ, ਜਿਹੜੀ ਕਿ ਮਤਲਬ ਆਪਾਂ ਥਾਰ ਕਹਿ ਦਿੰਦੇ ਹਾਂ ਜਾਂ ਕੁਛ, ਉਹਦੇ 'ਚ ਵੀ ਇੰਜਣ ਇਹਨਾਂ ਚੇਂਜ ਕੀਤਾ ਹੈ, ਸ਼ਾਇਦ ਆਪਣੇ ਦੱਸ ਰਿਹਾ ਸੀ। ਬਿਲਕੁਲ ਭਾਅ ਜੀ, ਉਹਦੇ ਵਿੱਚ ਨਾ ਬਲੈਰੋ ਦਾ ਇੰਜਣ ਰੱਖਿਆ, 2014 ਮਾਡਲ, ਤੁਹਾਨੂੰ ਦਿਖਾਉਂਦੇ ਹਾਂ ਨਾਲ ਅਸੀਂ। ਆ ਜਾਓ, ਜਿੱਦਾਂ ਭਾਅ ਜੀ ਆਹ ਗੱਡੀ ਹੈ, ਇਹ 1998 ਮਾਡਲ ਆ, ਇਹ ਜਿੱਦਾਂ ਪੀਜੋ ਇੰਜਣ ਹੁੰਦੇ ਆ, ਜੋ ਹੁਣ ਥਾਰ ਕਹਿੰਦੇ ਆ, ਅੱਜ ਕੱਲ੍ਹ ਥਾਰ ਆਉਂਦੀ ਆ, ਇਹਨੂੰ ਡਿਫੈਂਸ਼ਲ ਵੀ ਵੱਡੇ ਪਾਤੇ ਅਸੀਂ, ਪਹਿਲਾਂ ਛੋਟੇ ਡਿਫੈਂਸ਼ਲ ਹੁੰਦੇ ਆ, ਇਹਨੂੰ ਵੱਡੇ ਕੀਤਾ ਆ, ਫਿਰ ਇਹਦੇ 'ਚ ਹੀਟਰਾਂ ਵਾਲਾ ਇੰਜਣ ਹੁੰਦਾ, ਹੀਟਰਾਂ ਵਾਲਾ ਕੱਢ ਕੇ ਅਸੀਂ ਬਲੈਰੋ DI ਰੱਖ ਦਈਦਾ ਆ, 2014 ਮਾਡਲ ਇੰਜਣ ਆ, ਜੋ ਜੈਨੂਅਨ ਏਅਰ ਫਿਲਟਰ ਤੱਕ ਰੇਡੀਏਟਰ ਓਰੀਜਨਲ ਜੋ ਆਉਂਦਾ ਆ ਉਹੀ ਰੱਖੀਦਾ, ਬ੍ਰੇਕ ਫਲਿਊਡ ਤੱਕ, ਬੈਟਰੀ ਫਰੇਮ, ਜੋ ਓਰੀਜਨਲ ਗੱਡੀ ਜਿੱਦਾਂ ਆਉਂਦੀ ਹੈ ਪਿੱਛੋਂ ਉੱਦਾਂ ਹੀ ਪ੍ਰੋਪਰ ਕੰਮ ਕਰੀਦਾ, ਪਾਵਰ ਸਟੀਅਰਿੰਗ, AC ਹਰ ਚੀਜ਼ ਇਹਦੇ 'ਚ ਹੁੰਦੀ ਆ। ਜਿੱਦਾਂ ਹੁਣ ਇਹਦਾ ਫਰੇਮ ਗਲ ਗਿਆ ਸੀਗਾ, ਅਸੀਂ ਫਰੇਮ ਰਿਪੇਅਰ ਨਹੀਂ ਕਰਦੇ, ਜਿਹੜੀ ਚੀਜ਼ ਗਲ ਜਾਂਦੀ ਆ ਅਸੀਂ ਨਵਾਂ ਪਾ ਦਈਦਾ। ਬਾਕੀ ਬੋਡੀ ਸ਼ੋਪ ਦਾ ਹਰ ਇੱਕ ਕੰਮ ਕਰੀਦਾ, ਗਲੀ ਤੋਂ ਲੈ ਕੇ ਫਰਸ਼ ਫੁਰਸ਼ ਲਾਉਣਾ ਹੋਵੇ, ਕੁਛ ਵੀ ਕਰਨਾ ਹੋਵੇ, ਅਸੀਂ ਹਰ ਚੀਜ਼ ਕਰਦੇ ਹਾਂ ਇਹਨੂੰ।
ਜਿੱਦਾਂ ਆਪਾਂ ਕਹਿ ਦਿੰਦੇ ਕਈ ਲੋਕੀ ਕਹਿੰਦੇ ਸਾਡੇ ਟਾਇਰ ਚੌੜੇ ਨਹੀਂ, ਗੱਡੀਆਂ ਦੇ ਟਾਇਰ ਨਹੀਂ ਬਾਹਰ ਹੈਗੇ, ਅਸੀਂ ਉਹ ਪੁਰਾਣੇ ਲਾ ਲਈ ਦਾ ਆ ਅਤੇ ਵੱਡੇ ਨਵੇਂ ਜਿੱਦਾਂ 2012-13 ਮਾਡਲ ਦੇ ਡਿਫੈਂਸ਼ਲ ਪਾਰੀ ਦੇ, ਜਿਵੇਂ ਉਹ ਜਿਪਸੀ ਦੇ ਪਿੱਛੇ ਜਿਪਸੀ ਦੇ ਪਏ ਹੋਏ ਡਿਫੈਂਸ਼ਲ, ਇਹ ਜਿਹੜੇ ਪੀਜੋ ਆਉਂਦੀ ਹੁੰਦੀ ਸੀ ਜਿਹਨੂੰ ਥਾਰ ਕਹਿੰਦੇ ਹੁਣ ਆਪਾਂ, ਇਹ ਛੋਟੇ ਹੁੰਦੇ ਆ ਅਤੇ ਅਸੀਂ ਕੋਈ ਸਪੇਸਰ ਨਹੀਂ ਪਾਈਦਾ, ਅਸੀਂ ਵੱਡਾ ਕਰ ਦਈਦਾ, ਅਸੀਂ ਵੱਡਾ ਧੁਰਾ ਪਾ ਕੇ ਉਹਨੂੰ ਜੋ ਜੈਨੂਅਨ ਆਉਂਦੀ ਆ ਅੱਜ ਕੱਲ੍ਹ ਉਹ ਕਰਦੀ, ਉਹਦੀ ਪੋਜੀਸ਼ਨ ਉਹ ਕਰ ਦਈਦੀ ਆ। ਫਿਰ ਸਾਡੇ ਕੋਲ ਇੰਜਣ ਵੀ ਅਵੇਲੇਬਲ ਹੁੰਦੇ ਆ ਭਾਅ ਜੀ, ਇੰਜਣ ਵੀ ਦਿਖਾ ਦੇਣਾ ਤੁਹਾਨੂੰ, ਜਿਵੇਂ ਭਾਅ ਜੀ ਆਹ ਆ ਟਾਟਾ 207 ਦਾ ਇੰਜਣ, ਇਹ ਵੀ ਰੱਖਿਆ ਹੋਇਆ ਅਸੀਂ। ਫਿਰ ਇਸੂਜੂ 2400 ਸੀਸੀ ਵੀ ਹੈਗੇ ਆ, ਨਿਸਾਨ ਦੇ ਇੰਜਣ ਮਿਲ ਜਾਂਦੇ ਆ, ਟੋਇਟਾ ਦੇ ਨਿਸਾਨ ਦੇ ਵੀ ਕਾਫੀ ਆ। ਇਸੂਜੂ ਆ 2400 ਸੀਸੀ ਜਿਹੜਾ ਤੁਸੀਂ ਬਲੈਕ ਜਿਪਸੀ 'ਚ ਦੇਖਿਆ, ਇਹ ਸੇਮ ਉਹਦੇ ਨਾਲ ਦਾ ਆ, ਟਰਬੋ ਵਾਲਾ ਇੰਜਣ ਆ, ਇਹ ਵੀ ਹੈਵੀ ਹੁੰਦੇ ਆ। ਵਿਦ ਗੇਅਰ ਅਸੀਂ ਸਾਰਾ ਕੰਪਲੀਟ ਦੇਈਦਾ, ਸਾਡੇ ਕੋਲ ਮਰਸਡੀਜ਼ ਦੇ 5 ਸਿਲੰਡਰ ਵੀ ਇੰਜਣ ਮਿਲ ਜਾਂਦੇ ਆ, ਜੇ ਕਿਸੇ ਨੇ 5 ਸਿਲੰਡਰ ਇੰਜਣ ਲੈਣੇ ਹੋਣ ਮਰਸਡੀਜ਼ ਦੇ, ਉਹ ਜੀਪਾਂ ਵਿਲੀਜ਼ ਦੇ ਵਿੱਚ ਰੱਖ ਹੁੰਦੇ, ਉਹ ਮੈਨੂਅਲ ਹੁੰਦੇ ਆ, ਉਹਦੇ 'ਚ ਆਟੋਮੈਟਿਕ ਨਹੀਂ ਆਉਂਦਾ, ਆਟੋਮੈਟਿਕ ਟੋਇਟਾ ਦੇ ਵਿੱਚ ਆਉਂਦਾ ਜਿਹੜਾ ਸਹੀ ਚੱਲਦਾ ਅਤੇ ਵਧੀਆ ਕੰਪਲੇਂਟ ਨਹੀਂ ਆਉਂਦੀ ਜਿਹਦੀ, ਅਸੀਂ ਉਹਦੇ 'ਚ ਹੀ ਡੀਲ ਕਰਦੇ ਹਾਂ। ਜਿਵੇਂ ਭਾਅ ਜੀ ਤੁਸੀਂ ਕੋਈ ਵੀ ਬੰਦਾ ਆਉਂਦਾ ਸਾਨੂੰ ਕਹਿੰਦਾ ਵਿਲੀ ਚਾਹੀਦੀ ਆ, ਹੁਣ ਵਿਲੀਆਂ ਇੱਦਾਂ ਘੱਟ ਆ, ਹੁਣ ਅਸੀਂ ਬੋਡੀਆਂ ਪਹਿਲਾਂ ਹੀ ਮੰਗਵਾ ਕੇ ਰੱਖੀ ਦੀਆਂ ਆ, ਇਹ ਫਰੈਸ਼ ਬੋਡੀ ਆ। ਜਿਵੇਂ ਕਿਸੇ ਦੀ ਡਿਮਾਂਡ ਹੋਵੇ, ਕੋਈ ਕਹਿੰਦਾ ਸਾਨੂੰ ਵਿਲੀ ਚਾਹੀਦੀ ਆ, ਫਰੇਮ ਬੋਨਟ ਹਰ ਚੈਸੀ ਤੋਂ ਲੈ ਕੇ ਅਸੀਂ ਰੈਡੀ ਕਰਕੇ ਰੱਖੀ ਹੁੰਦੀ ਹੈ, ਜਿਹੋ ਜਿਹਾ ਕਲਰ ਕਹਿੰਦਾ ਬੰਦਾ ਉਹੋ ਜਿਹਾ ਕਲਰ ਕਰਕੇ, ਜਿਹੋ ਜਿਹੀ ਇੰਟੀਰੀਅਰ ਕਹਿੰਦਾ, ਜੋ ਵੀ ਉਹਨੂੰ ਪਾਈਪ ਹਰ ਚੀਜ਼ ਲਾਉਣੀ ਆ, ਲਾਈਟਾਂ ਬੰਪਰ ਜੋ ਵੀ ਕਹਿੰਦਾ, ਅਸੀਂ ਉਹਦੇ ਡਿਮਾਂਡ ਦੇ ਹਿਸਾਬ ਨਾਲ, ਸਾਨੂੰ ਟਾਈਮ ਨਹੀਂ, ਅਸੀਂ ਸਿੱਧਾ ਹੀ ਮੰਗੀਦਾ ਕਿ ਸਾਨੂੰ ਇੰਨਾ ਟਾਈਮ ਦੇ ਦਿਓ, ਸਾਡੇ ਕੋਲ ਬੋਡੀ ਪਈ ਆ, ਅਸੀਂ ਰੈਡੀ ਕਰ ਦਿਆਂਗੇ। ਦੇਖ ਲਓ ਹੁਣ ਸਾਡੇ ਕੋਲ ਕਮਾਂਡਰ ਆ ਜਿਹੜੀਆਂ ਹੁਣ ਆਉਣੀਆਂ ਬੰਦ ਹੋ ਗਈਆਂ, ਕਈ ਲੋਕਾਂ ਕੋਲ ਪੁਰਾਣੀਆਂ ਪਈਆਂ ਹੋਈਆਂ, ਇਹਨੂੰ ਹੁਣ ਵੱਢ ਕੇ ਇਹਦੀ ਛੱਤ ਜੀ ਵੈਗਨ ਵਾਂਗੂ ਸਿੱਧੀ ਕਰਤੀ ਆ, ਦੋ ਸਨਰੂਫ ਦੇ ਤੇ ਵਿੱਚ, ਪਿੱਛੇ ਸ਼ੌਕਰ ਵਾਲਾ ਦੇ ਤਾ ਆ ਫਰੇਮ, ਇਹਨੂੰ ਇਹਦੇ ਦਰਵਾਜ਼ੇ ਲਾਏ ਹੋਏ ਆ ਕਿਉਂਕਿ ਇੱਥੇ ਪਾਈਪ ਬਣਨੇ ਆ, ਇਹਦੇ 'ਚ ਪਾਈਪ ਲੱਗਣਗੇ ਚਾਰੇ ਦਰਵਾਜ਼ਿਆਂ 'ਚ, ਜੋ ਜੀ ਵੈਗਨ ਜਾਂ ਰੈਂਗੂਲਰ ਜੀਪਾਂ ਨੂੰ ਆਉਂਦਾ ਹਰ ਕੋਈ ਆਪਣੇ ਤਰ੍ਹਾਂ ਹਿਸਾਬ ਨਾਲ ਮੋਡੀਫਿਕੇਸ਼ਨ ਕਰ ਸਕਦਾ। ਆਮ ਗੱਡੀਆਂ ਨਾਲੋਂ 4-4 ਇੰਚ ਗੱਡੀ ਚੱਕੀ ਹੋਈ ਆ, ਇਹਦੇ 'ਚ ਸਪੇਸਰ ਦਿੱਤੇ ਹੋਏ ਤੁਸੀਂ ਦੇਖ ਸਕਦੇ ਆ, ਉਹ ਪਿੱਛੇ ਦਿਖਾ ਉਹ ਲੱਗਾ ਉਹ ਸਪੇਸਰ, 3-3, 4-4 ਇੰਚ ਗੱਡੀ ਚੱਕੀ ਹੋਈ ਆ ਭਾਅ ਜੀ, ਸਪੇਸਰ ਦਿੱਤੇ ਹੋਏ ਆ। ਆਟੋਮੈਟਿਕ ਇੰਜਣ ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਇਹਦੇ ਵਿੱਚ ਹੀ ਰੱਖਿਆ, ਇਹ ਵੀ ਗੱਡੀ ਆਟੋਮੈਟਿਕ ਹੀ ਤਿਆਰ ਹੋਏਗੀ, ਇਹ 'ਚ 3C ਇੰਜਣ ਰੱਖਿਆ ਜਾਊਗਾ। ਆਟੋਮੈਟਿਕ ਇੰਜਣ 'ਚ ਗੇਅਰ ਤੁਸੀਂ ਦੇਖਣਾ ਹੋਵੇ, ਸ਼ਿਫਟਰ ਸ਼ੁਫਟਰ A to Z ਸਾਡੇ ਕੋਲ ਸਾਰਾ ਸਮਾਨ ਹੁੰਦਾ ਆ ਭਾਅ ਜੀ, ਹਰ ਚੀਜ਼ ਡੀਲ ਕਰਦੇ, ਜ਼ਰੂਰੀ ਨਹੀਂ ਅਸੀਂ ਪੁਰਾਣੀਆਂ ਗੱਡੀਆਂ ਤਿਆਰ ਕਰਦੇ ਹਾਂ। ਹੁਣ ਜਿਵੇਂ ਇਹ ਥਾਰ ਆਈ ਹੈ, ਇਹ 2014 ਮਾਡਲ ਥਾਰ ਆ, ਇਹਦਾ ਥੋੜ੍ਹਾ ਮਕੈਨੀਕਲ ਕੰਮ ਸੀਗਾ, ਬੰਦੇ ਕਰਾਉਣ ਆਉਂਦੇ ਆ, ਮਕੈਨੀਕਲ ਹੋਵੇ, ਬੋਡੀ ਸ਼ੋਪ ਹੋਵੇ, ਕੋਈ ਵੀ ਕੰਮ ਹੋਵੇ ਅਸੀਂ ਹਰ ਚੀਜ਼ ਕਰਦੇ ਹਾਂ। ਇਹਨੂੰ ਵੀ ਬਾਰ ਲਾਈਟ ਲੱਗੀ ਹੋਈ ਆ, ਇਹਨੂੰ ਵੀ ਟਾਇਰ ਚੌੜੇ, ਆਫ ਰੋਡਿੰਗ ਨੂੰ ਜੋ ਪਸੰਦ ਕਰਦੇ ਆ ਉਹਨਾਂ ਵਾਸਤੇ ਹੁੰਦੀਆਂ ਇਹ। ਜਿਵੇਂ ਹੁਣ ਭਾਅ ਜੀ ਤੁਸੀਂ, ਤੁਹਾਨੂੰ ਮੈਂ ਦੱਸਿਆ ਵੀ ਆਟੋਮੈਟਿਕ ਗੇਅਰ ਸਾਡੇ ਕੋਲ ਹੁੰਦੇ ਆ, ਇਹ ਆਟੋਮੈਟਿਕ ਗੇਅਰ ਹੈ, 4-speed ਗੇਅਰ ਹੁੰਦਾ ਇਹ, ਅਸੀਂ ਸਾਡੇ ਕਾਫੀ ਪਏ ਹੁੰਦੇ ਸਾਡੇ ਕੋਲ, ਜੇ ਕਿਸੇ ਨੇ ਚਾਹੀਦਾ ਹੋਵੇ ਜਾਂ ਕਿਸੇ ਨੇ ਸਾਡੇ ਤੋਂ ਕੰਮ ਕਰਾਉਣਾ ਹੋਵੇ ਅਸੀਂ ਕਰ ਸਕਦੇ ਹਾਂ। ਸ਼ਿਫਟਰ, ਟਰਬਾਈਨ, ਆਟੋਮੈਟਿਕ ਗੇਅਰ ਹਰ ਚੀਜ਼ ਹੁੰਦੀ ਹੈ ਸਾਡੇ ਕੋਲ। ਇੱਕ ਵਿਲੀ ਤਿਆਰ ਕੀਤੀ ਹੈ ਤੁਹਾਨੂੰ, ਉਹ ਵੀ ਦਿਖਾ ਦਿੰਦੇ ਹਾਂ। ਆਮ ਡਿਫੈਂਸ਼ਨਾਂ ਨਾਲੋਂ ਇਹਦੇ ਡਿਫੈਂਸ਼ਲ ਭਾਅ ਜੀ ਬਾਹਰ ਆ ਥੋੜ੍ਹੇ, 8-8 ਇੰਚ ਗੱਡੀ ਦੇ ਟਾਇਰ ਬਾਹਰ ਆ, ਇਹ ਡਿਫੈਂਸ਼ਲ ਅਸੀਂ ਬਣਾਏ ਆਪ, ਪਾਵਰ ਸਟੀਅਰਿੰਗ ਲੱਗਾ ਆ, ਇਹ 'ਚ ਵੀ ਟੋਇਟਾ ਆਟੋਮੈਟਿਕ ਇੰਜਣ ਆ, ਮੈਟ ਕਲਰ ਕੀਤਾ ਹੋਇਆ, ਬਾਕੀ ਬੰਦੇ ਦੀ ਡਿਮਾਂਡ 'ਤੇ ਆ ਜਿਹੋ ਜਿਹਾ ਉਹ ਕਹਿਣ। ਬਾਰ ਲਾਈਟ ਲਾਈ ਆ, ਹੋਰਨ ਵੱਡੇ ਲਵਾਤੇ, LED ਲਾਈਟਾਂ ਆ। ਜਿਵੇਂ ਆ ਵਿਲੀ ਆ ਭਾਅ ਜੀ, ਇਹਦੇ 'ਚ ਟੋਇਟਾ 3C ਆਟੋਮੈਟਿਕ ਆ, ਇਹ 2C ਤੋਂ ਥੋੜ੍ਹਾ ਵੱਡਾ ਹੁੰਦਾ ਆ, ਇਹ 2400 CC ਹੁੰਦਾ ਆ, ਸਾਊਂਡਲੈਸ ਇੰਜਣ ਆ ਟੋਇਟਾ ਦੇ, ਕੋਈ ਵੀ ਆ ਇਹਦੇ 'ਚ ਆਵਾਜ਼ ਨਹੀਂ ਹੋਊਗੀ, ਪੈਟਰੋਲ ਵਰਗੇ ਵੀ ਇੰਜਣ ਹੋਣਗੇ, ਅਸੀਂ ਜਿਹੜਾ ਵੀ ਕੰਮ ਕਰਕੇ ਦੇਵਾਂਗੇ ਗਰੰਟੀ ਵੀ ਦਿੰਦੇ ਹਾਂ, ਕੋਈ ਵੀ ਇੰਜਣ 'ਚ ਪ੍ਰੋਬਲਮ ਆ ਜੇ ਕੁਛ ਵੀ ਆ ਅਸੀਂ ਗਰੰਟੀ ਦਿੰਦੇ ਹਾਂ ਬੰਦੇ। ਜਿੱਦਾਂ ਭਾਅ ਜੀ ਇਹਨੂੰ ਐਗਜ਼ੋਸਟ ਲਾਇਆ ਵਾ, ਇਹ ਸਿੱਧਾ ਇੰਜਣ ਤੋਂ ਇੱਥੇ ਐਗਜ਼ੋਸਟ, ਅਸੀਂ ਐਗਜ਼ੋਸਟ ਵੀ ਲਾ ਦਿੰਦੇ ਜੇ ਕੋਈ ਕਹਿੰਦਾ ਸਾਨੂੰ ਆਵਾਜ਼ ਚਾਹੀਦੀ ਆ ਇੰਜਣ ਦੀ, ਅਤੇ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਅਸੀਂ ਇੰਜਣ ਦੀ ਆਵਾਜ਼ ਕੱਢ ਕੇ ਐਗਜ਼ੋਸਟ ਵੱਡਾ ਲਾ ਦਈਦਾ, ਇਹਨੂੰ ਵੱਡਾ ਐਗਜ਼ੋਸਟ ਲੱਗਾ ਹੋਇਆ ਵਾ, ਇਸ ਕਰਕੇ ਨਾਲੇ ਇਹ ਲੁੱਕ ਬਣ ਜਾਂਦੀ ਆ, ਨਾਲੇ ਗੱਡੀ ਦੀ ਸ਼ੋਅ ਨਿਕਲਦੀ ਆ। ਤੁਸੀਂ ਦੇਖਿਆ ਇਹਨਾਂ ਕੋਲ ਮਤਲਬ ਕਿ ਇਹਨਾਂ ਨੇ ਗੱਡੀਆਂ ਮਤਲਬ ਇਕੱਲੀ ਥਾਰ ਨਹੀਂ, ਮਤਲਬ ਹੋਰ ਵੀ ਕਈਆਂ ਨੂੰ ਇਹ ਡੀਲ ਕਰਦੇ ਆ, ਜਿਪਸੀਆਂ ਹੋ ਗਈਆਂ, ਆਮ ਗੱਡੀਆਂ ਜਿਹੜੀਆਂ ਸਵਿਫਟ ਹੋ ਗਈਆਂ, ਸਰਵਿਸ ਵੀ ਕਿਸੇ ਨੇ ਗੱਡੀ ਦੀ ਕਰਾਉਣੀ ਆ ਉਹ ਵੀ ਇਹ ਕਰਕੇ ਦਿੰਦੇ ਆ। ਜਲੰਧਰ ਦੇ ਵਿੱਚ ਆ ਇਹ ਪ੍ਰੋਪਰ ਜਿਹੜੀ ਡਿਟੇਲ ਆ ਮੈਂ ਲਾਸਟ 'ਚ ਹੁਣ ਦੇਣ ਲੱਗਿਆ ਜੀ, ਅਤੇ ਤੁਹਾਨੂੰ ਗੇਅਰ ਵੀ ਈਜ਼ੀਲੀ ਇਹਨਾਂ ਕੋਲ ਸਾਰੇ ਮਿਲ ਜਾਣਗੇ, ਮਕੈਨੀਕਲ ਕੰਮ ਕਿਸੇ ਵੀ ਗੱਡੀ ਤੁਸੀਂ ਕਰਾਉਣਾ ਚਾਹੁੰਦੇ ਹੋ ਇਹਨਾਂ ਨੂੰ ਈਜ਼ੀਲੀ ਕਰਾ ਸਕਦੇ ਹੋ ਆ ਕੇ, ਕਿਉਂਕਿ ਮੇਰਾ ਆਪਦਾ ਇਹਨਾਂ ਕੋਲ ਕਰਾਇਆ ਹੋਇਆ ਕੰਮ ਆ, ਮਤਲਬ ਇਹ ਨਹੀਂ ਗਾ ਕਿ ਪਰਸਨਲ ਰਿਵਿਊਜ਼ ਨੇ ਮੇਰੇ, ਇਹ ਨਹੀਂ ਗਾ ਵੀ ਸੁਣੀ ਸੁਣਾਈ ਗੱਲ ਆ, ਹਾਂ ਵਧੀਆ ਕੰਮ ਕਰਕੇ ਦਿੱਤਾ ਸੀ ਮੈਨੂੰ ਮੇਰੀ ਜਿਪਸੀ ਦਾ ਇਹਨਾਂ ਨੇ ਉਦੋਂ, ਅਤੇ ਬਾਕੀ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਇਹਨਾਂ ਨੂੰ ਬੇਝਿਜਕ ਕਾਲ ਕਰਿਓ, ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਗੇ ਅਤੇ ਤੁਹਾਡਾ ਗੱਡੀਆਂ ਦਾ ਕੰਮ ਵੀ ਇਹ ਕਰਕੇ ਦੇਣਗੇ।
ਅਤੇ ਆ ਜਾਓ ਹੁਣ ਅਸੀਂ ਤੁਹਾਨੂੰ ਇਹਦੀ ਪ੍ਰੋਪਰ ਡਿਟੇਲ ਦਿੰਦੇ ਹਾਂ ਵੀ ਕਿੰਨਾ ਟਾਈਮ ਕਿੰਨੇ ਪੈਸੇ ਜਾਂ ਕੀ ਸਿਸਟਮ ਆ ਉਹ ਅਸੀਂ ਤੁਹਾਨੂੰ ਸਾਰੀ ਡਿਟੇਲ ਦਿੰਦੇ। ਹਾਂਜੀ ਵੀ ਦੋਸਤੋ, ਇਹ ਤੁਸੀਂ ਦੇਖਿਆ ਇਹਨਾਂ ਦਾ ਕੰਮ ਕੀਤਾ ਹੋਇਆ ਸਾਰਾ, ਇਹਨਾਂ ਦੀ ਵਰਕਸ਼ਾਪ ਵੀ ਤੁਸੀਂ ਦੇਖੀ ਅਤੇ ਤੁਸੀਂ ਜਿਪਸੀਆਂ ਵੀ ਦੇਖੀਆਂ ਜਿਹੜੀ ਕਿ ਤੁਹਾਡੀ ਡਿਮਾਂਡ ਸੀਗੀ ਬਹੁਤ ਜ਼ਿਆਦਾ ਜਿਪਸੀ ਦੇ ਰਿਲੇਟਡ, ਮਕੈਨੀਕਲ ਕੰਮ ਜਿਹੜਾ ਹੈ ਸਪੈਸ਼ਲੀ ਉਹਨੂੰ ਇਹ ਕਰਦੇ ਨੇ ਅਤੇ ਬਾਕੀ ਬੋਡੀ ਸ਼ੋਪ ਦਾ ਵੀ ਕੰਮ ਕਰਦੇ ਨੇ ਅਤੇ ਸਾਰਾ ਕੁਛ ਇਹਨਾਂ ਦੀ ਆਪਦੀ ਵਰਕਸ਼ਾਪ 'ਚ ਹੀ ਹੁੰਦਾ ਹੈ, ਮਤਲਬ ਇੱਕ ਤੋਂ ਨਹੀਂ ਕਰਾਉਂਦੇ। ਅਤੇ ਮੈਂ ਵੀ ਇਹਨਾਂ ਕੋਲ ਆਪਣਾ ਜਿਪਸੀ ਦਾ ਜਿਵੇਂ ਪਹਿਲਾਂ ਦੱਸਿਆ ਹੀ ਕੰਮ ਕਰਾ ਕੇ ਗਿਆ ਸੀਗਾ। ਅਤੇ ਸਰ ਪ੍ਰਿੰਸ, ਤੁਸੀਂ ਸਾਨੂੰ ਥੋੜ੍ਹੀ ਡਿਟੇਲ ਦੇ ਦਿਓ ਵੀ ਆਪਾਂ ਮਤਲਬ ਮਕੈਨੀਕਲ ਵੀ ਕੰਮ ਕਰਦੇ ਹਾਂ, ਕਿੱਦਾਂ ਕਿੱਦਾਂ ਦੇ ਮਤਲਬ ਆਪਾਂ ਕੰਮ ਜਿਹੜੇ ਕਿ ਡਿਟੇਲ ਸਾਰੀ। ਹਾਂਜੀ ਭਾਅ ਜੀ, ਮਕੈਨੀਕਲ ਇੱਦਾਂ ਹੈ ਜੀ, ਜਦੋਂ ਗੱਡੀ ਕੋਈ ਵੀ ਲੈ ਕੇ ਆਉਂਦਾ, ਡਿਸਪੋਜ਼ਲ ਹੋ ਜੇ ਭਾਵੇਂ ਉਹਨਾਂ ਕੋਲ ਆਪਣੀ ਗੱਡੀ ਹੋਵੇ, ਅਸੀਂ ਹਰੇਕ ਚੀਜ਼ ਕਰੀਦੀ ਆ। ਜੇ ਜਿਹੋ ਜਿਹਾ ਬੰਦਾ ਕਹਿੰਦਾ ਮੈਨੂਅਲ ਰੱਖਣੀ, ਪੈਟਰੋਲ ਵੀ ਰੱਖਣੀ ਹੈ ਨਾ, ਪੈਟਰੋਲ ਵੀ ਗੱਡੀ ਅਸੀਂ ਤਿਆਰ ਕਰਦੇ ਹਾਂ। ਉਹ ਤੋਂ ਬਾਅਦ ਉਹ 'ਚ ਪਾਵਰ ਸਟੇਰਿੰਗ, ਏਸੀ ਜਾਂ ਹਾਰਡ ਟੋਪ, ਕੁਛ ਵੀ ਕਰਨਾ ਹੋਵੇ ਹਰ ਚੀਜ਼ 'ਚ ਕਰੀਦੀ ਡੀਲ। ਜ਼ੀਰੋ ਤੋਂ ਲੈ ਕੇ ਹਰ ਚੀਜ਼ ਅਸੀਂ ਰੰਗ ਤੱਕ ਕਰਕੇ ਦੇਈਦਾ ਆ। ਫਿਰ ਸੀਟਾਂ ਕਿਸੇ ਨੂੰ ਵਧੀਆ ਚਾਹੀਦੀਆਂ ਹੋਣ, ਇਲੈਕਟ੍ਰੋਨਿਕ ਹੁੰਦੀਆਂ, ਉਹ ਵੀ ਅਸੀਂ ਪ੍ਰੋਵਾਈਡ ਕਰ ਦੇਈਦੀਆਂ। ਅਤੇ ਮਤਲਬ ਪ੍ਰੋਪਰ ਤੁਸੀਂ ਸਾਰਾ ਕੰਮ ਵੀ ਇਹਨਾਂ ਨੂੰ ਕਰਵਾ ਸਕਦੇ ਹੋ। ਸਰ ਜਿਪਸੀਆਂ ਤੁਸੀਂ ਖੁਦ ਵੀ ਲੈ ਆਉਂਦੇ ਕਿ ਜਾਂ ਮਤਲਬ? ਹਾਂਜੀ, ਕੁਛ ਕੁ ਬੰਦੇ ਜਿੱਦਾਂ ਕਹਿੰਦੇ ਹੁੰਦੇ ਕਈ ਸਾਡੇ ਹੁੰਦੇ ਆ ਕਸਟਮਰ ਵੀ, ਸਾਨੂੰ ਭਾਅ ਜੀ ਨਹੀਂ ਪਤਾ ਲੱਗਦਾ ਜਾਂ ਸਾਡੇ ਕੋਲ ਜਿਪਸੀ ਨਹੀਂ ਹੈਗੀ, ਫਿਰ ਅਸੀਂ ਉਹਨਾਂ ਨੂੰ ਡਿਸੇਬਲ ਜਾਂ ਡਿਸਪੋਜ਼ਲ ਤੋਂ ਕਿਸੇ ਤੋਂ ਵੀ ਦਵਾ ਦੇਈ ਦੀ ਆ, ਨੀਅਰ ਅਬਾਊਟ ਵਧੀਆ ਕੰਡੀਸ਼ਨ ਦੀ। ਜਿਵੇਂ ਤੁਸੀਂ ਬਾਹਰ ਵੇਖੀ 2005 ਮਾਡਲ, ਇਹ 90,000 ਦੀ ਮਿਲ ਜਾਂਦੀ ਵਿਦ ਕਾਗਜ਼। ਅਤੇ ਜੇ ਪੈਟਰੋਲ ਲੈਣੀ ਆ, ਇਹ ਹੁਣ ਇੰਜਣ ਕੱਢਿਆ ਹੋਇਆ ਅਸੀਂ, ਇਹਦਾ ਇੰਜਣ ਸੇਲ ਕਰਤਾ, ਇਹ MPF ਇੰਜਣ ਹੁੰਦੇ ਆ ਇੰਜੈਕਟਰਾਂ ਵਾਲੇ। ਅਤੇ ਜੇ ਤੁਸੀਂ ਪੈਟਰੋਲ ਰੱਖਣੀ ਆ, ਉਹ 1-20-25 ਦੀ ਬਣ ਜਾਂਦੀ ਆ, 5 ਮਾਡਲ, 6 ਮਾਡਲ, 9-10 ਮਾਡਲ ਤੱਕ ਵਧੀਆ ਗੱਡੀ ਮਿਲ ਜਾਂਦੀ ਆ ਆਪਾਂ ਨੂੰ। ਹਾਂਜੀ, ਤੁਸੀਂ ਜਿਪਸੀ ਜੇ ਤੁਹਾਡੀ ਡਿਮਾਂਡ ਹੁੰਦੀ ਆ ਵੀ ਜਿਪਸੀ ਕਿੱਥੋਂ ਲਵਾਂਗੇ, ਤੁਸੀਂ ਦਿੰਦੇ ਹੋ ਕਿ ਨਹੀਂ ਦਿੰਦੇ, ਕਿ ਸਰ ਹੁਣੀ ਜਿਪਸੀ ਵੀ ਆਪ ਲੈ ਕੇ ਅਤੇ ਤੁਹਾਨੂੰ ਤਿਆਰ ਕਰਕੇ ਵੀ ਦੇ ਸਕਦੇ ਆ ਇਹ, ਅਤੇ 18 ਵੀ ਸਰ ਇੱਦਾਂ ਹੀ ਆ ਮਤਲਬ ਬਿਲਕੁਲ ਕਰ ਦਿੰਦੇ ਹਾਂ? ਹਾਂਜੀ ਹਾਂਜੀ ਬਿਲਕੁਲ ਭਾਅ ਜੀ, ਜੇ ਕਿਸੇ ਕੋਲ ਪੁਰਾਣੀ ਜੀਪ ਹੈਗੀ ਆ, ਅਸੀਂ ਉਹ ਵੀ ਰੈਨੋਵੇਸ਼ਨ ਕਰਦੇ ਪ੍ਰੋਪਰ, ਉਹਨੂੰ ਜੋ ਵੀ ਅਲਟਰੇਸ਼ਨ ਕਰਨੀ, ਇੰਜਣ ਕੱਢਣਾ ਪਾਉਣਾ, ਜਿਹੋ ਜਿਹੀ ਬੰਦੇ ਦੀ ਡਿਮਾਂਡ ਆ। ਜੇ ਉਹ ਸਾਨੂੰ ਕਹਿਣ, ਫੌਜੀ ਵਾਲੀਆਂ ਵੀ ਜੀਪਾਂ ਮਿਲਦੀਆਂ ਜਿਹਨੂੰ ਡਿਸਪੋਜ਼ਲ ਕਹਿ ਦਿੰਦੇ ਆ, ਜਿਪਸੀ ਵੀ ਮਿਲਦੀ ਆ ਅਤੇ ਜੀਪ ਵੀ ਮਿਲਦੀ ਆ, ਉਹਨੂੰ ਪ੍ਰੋਪਰ ਸਾਡੇ ਕੋਲ ਓਰੀਜਨਲ ਜੋ ਥਾਰ ਦੀਆਂ ਤਰਪਾਲਾਂ ਹੁੰਦੀਆਂ ਆ, ਹਾਰਡ ਟੋਪ ਕਰਨਾ ਹੋਵੇ, ਹਰ ਚੀਜ਼ ਅਵੇਲੇਬਲ ਆ, ਅਸੀਂ ਕਰ ਦਈਦੀ। ਅਤੇ ਸਰ ਇੱਕ ਗੱਲ ਹੋਰ ਦੱਸਿਓ ਕਿ ਆਪਾਂ ਕਿਸੇ ਗੱਡੀ ਨੂੰ ਜਾਂ ਜਿੱਦਾਂ ਜੀਪਾਂ ਨੂੰ ਜੋ ਲੋਕ ਜ਼ਿਆਦਾ ਕਰਾਉਂਦੇ ਆ, 4x4 ਕਰਨਾ ਆਪਾਂ ਉਹ ਵੀ ਕਰ ਦਿੰਦੇ ਹਾਂ? ਬਿਲਕੁਲ ਭਾਅ ਜੀ, ਓਰੀਜਨਲ ਵੀ ਰੱਖੀ ਦੀ ਆ, ਜੇ ਕਿਸੇ ਨੇ ਕਹਿਣਾ ਸ਼ੌਂਕੀਆ ਤੌਰ 'ਤੇ ਆਫ ਰੋਡਿੰਗ ਕਰਦੇ, ਮੋਸਟਲੀ ਮੁੰਡੇ ਜ਼ਿਆਦਾਤਰ ਤਾਂ ਕੋਈ ਲਾਈਕ ਨਹੀਂ ਕਰਦਾ, ਜਿਹੜੇ ਹੁਣ ਅੱਜ ਕੱਲ੍ਹ ਸ਼ਿਕਾਰ ਖੇਡਦੇ ਆ, ਹੁਣ ਬਰਸਾਤਾਂ ਦਾ ਟਾਈਮ ਆ ਤੁਹਾਨੂੰ ਪਤਾ, ਅਤੇ ਆਫ ਰੋਡਿੰਗ ਉਹ ਮੁੰਡੇ ਲੈ ਕੇ ਜਾਂਦੇ, ਉਹ ਫਿਰ ਜ਼ਿਆਦਾਤਰ 4x4 ਗੱਡੀ ਲੈ ਕੇ ਜਾਂਦੇ ਆ, ਮੈਨੂਅਲ 2-wheel ਨਹੀਂ ਲੈ ਕੇ ਜਾਂਦੇ, 4x2 ਨਹੀਂ ਲੈ ਕੇ ਜਾਂਦੇ, ਕਿਉਂਕਿ ਖੁੱਭਦੀ ਆ ਗੱਡੀ, ਉਹ ਚਾਰੇ ਚੱਕੇ ਵਰਕ ਕਰਦੇ ਹੁਣ ਤਾਂ ਹੀ ਬੈਸਟ ਰਹਿੰਦਾ ਆ। ਮਤਲਬ ਵੀ ਤੁਸੀਂ ਇਹਨਾਂ ਕੋਲ ਸਰ ਦੱਸ ਵੀ ਰਹੇ ਆ, ਤੇ ਤੁਸੀਂ ਕੋਈ ਵੀ ਇਹਨਾਂ ਕੋਲ ਇਨਫੋਰਮੇਸ਼ਨ ਦਿੱਤਾ, ਮਤਲਬ ਕੋਈ ਵੀ ਕਿਸੇ ਵੀ ਚੀਜ਼ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ ਲੈ ਸਕਦੇ ਹੋ, ਇਹਨਾਂ ਕਰਾ ਸਕਦੇ ਹੋ, 4x4 ਵੀ ਗੱਡੀਆਂ ਕਰਾ ਸਕਦੇ ਹੋ, ਮਤਲਬ ਗੱਡੀਆਂ ਆਟੋਮੈਟਿਕ ਕਰਾਉਣੀਆਂ ਉਹ ਵੀ ਕਰਾ ਸਕਦੇ ਹੋ, ਓਰੀਜਨਲ ਗੱਡੀ ਨੂੰ ਰਿਪੇਅਰ ਕਰਾਉਣਾ ਉਹ ਵੀ ਇਹ ਕਰਕੇ ਦਿੰਦੇ ਨੇ ਬੜੇ ਵਧੀਆ ਤਰੀਕੇ ਨਾਲ। ਅਤੇ ਇੱਕ ਗੱਲ ਸਾਰਿਆਂ ਨੂੰ ਵਧੀਆ ਹੈ ਕਿ ਇਹਨਾਂ ਕੋਲ ਟੂਲ ਤੁਹਾਡੇ ਕੋਲ ਸਾਰੀਆਂ ਗੱਡੀਆਂ ਦੇ? ਹਾਂਜੀ, ਸਾਡੇ ਕੋਲ ਇੰਪੋਰਟਡ ਟੂਲ ਵੀ ਹੈਗੇ ਆ, ਕਈਆਂ ਕੋਲ ਨਹੀਂ ਹੁੰਦੇ, ਅਤੇ ਬਟ ਅਸੀਂ ਬਾਹਰੋਂ ਮੰਗਾਏ ਹੋਏ ਆ, ਅਤੇ ਰੈਲੇਟਿਵ ਹੈਗੇ ਆ ਸਾਡੇ, ਅਸੀਂ ਹਰ ਚੀਜ਼, ਸਾਨੂੰ ਕੋਈ ਬਣਾਉਣਾ ਨਹੀਂ ਪੈਂਦਾ, ਜਗਾੜ ਜੇ ਨਹੀਂ ਕਰਨੇ ਪੈਣ, ਇਸ ਕਰਕੇ ਸਾਡੇ ਕੋਲ ਇੰਪੋਰਟਡ ਟੂਲਸ ਹਰ ਚੀਜ਼ ਹੁੰਦੀ ਸਾਡੇ ਕੋਲ। ਟੂਲ ਤੁਸੀਂ ਕਿਸੇ ਵੀ ਗੱਡੀ ਦਾ, ਅਤੇ ਬਾਕੀ ਇਹ ਵੀ ਹਰੇਕ ਗੱਡੀ ਨੂੰ ਡੀਲ ਕਰਦੇ ਆ, ਮਤਲਬ ਤੁਸੀਂ ਬੀਮਰ, ਆਡੀ ਹੋ ਗਈ ਜਾਂ ਮਰਸਡੀਜ਼ ਹੋ ਗਈ, ਉਹ 'ਚ ਵੀ ਕੋਈ ਅਲਟਰੇਸ਼ਨ ਕਰਨੀ ਆਪਾਂ ਕਰਕੇ? ਬਿਲਕੁਲ ਭਾਅ ਜੀ, ਜੇ ਕਿਸੇ ਨੂੰ ਬੀਮਰ, ਆਡੀ, ਕੋਈ ਪੁਰਾਣੇ ਵਿੰਟੇਜ ਕਾਰਾਂ ਵੀ ਹੁੰਦੀਆਂ ਨਹੀਂ ਕੰਮ ਕਰਦੇ, ਕਈ ਸਮਾਨ ਨਹੀਂ ਮਿਲਦਾ, ਅਸੀਂ ਹਰ ਚੀਜ਼ ਅਵੇਲੇਬਲ ਕਰਾ ਦੀ ਦੀ ਆ, ਅਤੇ ਗੱਡੀ ਕੋਈ ਵੀ ਹੋ ਜੇ ਅਸੀਂ ਹਰੇਕ ਗੱਡੀ ਦਾ ਕੰਮ ਕਰੀਦਾ, ਕੋਈ ਇਹ ਨਹੀਂ ਸਪੈਸ਼ਲੀ ਕਿ ਜੀਪਾਂ ਦਾ ਹੀ ਕਰਦੇ, ਬਟ ਉਹ ਥੋੜ੍ਹਾ ਜਿਹਾ ਸਾਡਾ ਸ਼ੌਂਕ ਵੀ, ਅਸੀਂ ਆਪ ਵੀ ਤਿਆਰ ਕਰਕੇ ਰੱਖੀ ਦੀਆਂ ਆ, ਅਤੇ ਇਸ ਕਰਕੇ ਅਸੀਂ ਤਾਂ ਗੱਡੀ ਹਰੇਕ ਦਾ, ਆਡੀ, ਬੀਮਰ, ਮਰਸਡੀਜ਼ ਤੋਂ ਟੋਇਟਾ ਦੀ ਕੋਈ ਵੀ ਗੱਡੀ ਹੋ ਜਾਏ, ਹਰ ਗੱਡੀ ਦਾ ਕੰਮ ਕਰਦੇ ਹਾਂ। ਅਤੇ ਜਿਹੜੀ ਹੁਣ ਮੇਨ ਗੱਲ ਆ ਸਰ, ਸਾਨੂੰ ਇਹ ਦੱਸੋ ਵੀ ਜਿਹੜੀ ਵਾਈਟ ਵਾਲੀ ਜਿਪਸੀ ਤਿਆਰ ਕੀਤੀ ਹੋਈ ਆ, ਉਹ ਕਿੰਨੇ 'ਚ ਤਿਆਰ ਤੁਸੀਂ ਕਰਕੇ ਦਿੰਦੇ ਹੋ, ਮਤਲਬ ਕੀ ਤੁਹਾਡਾ ਹੈਗਾ ਆ? ਜਿਹੜਾ ਉਹਦਾ ਵਿਦਆਊਟ ਨੰਬਰ ਆ ਗੱਡੀ, ਉਹ 4.25-4 ਲੱਖ ਦੀ ਤਿਆਰ ਹੋ ਜਾਂਦੀ ਵਿਦ ਅਲੋਇਜ਼, ਹਰ ਚੀਜ਼ ਜੋ ਲੱਗਾ ਐਜ਼ ਇਟ ਇਜ਼ ਇੱਦਾਂ ਹੀ। ਅਤੇ ਜੇ ਤੁਸੀਂ ਨੰਬਰ ਵੀ ਲੈਣਾ ਤਾਂ ਨੀਅਰ ਅਬਾਊਟ 80-90 ਹਜ਼ਾਰ ਦਾ ਨੰਬਰ ਮਿਲਦਾ ਆ, ਅਤੇ ਉਹ 4.25 ਲੱਖ 'ਤੇ ਗੱਲ ਪਹੁੰਚ ਜਾਂਦੀ ਹੈ। ਜੇ ਤੁਹਾਡੇ ਕੋਲ ਨੰਬਰ ਹੈਗਾ ਕੋਈ ਪੁਰਾਣਾ, ਉਹ ਤੁਸੀਂ ਲਵਾ ਸਕਦੇ ਹਾਂ, ਉਹ ਟੈਕਸ ਲੈਣਾ ਹੁੰਦਾ ਸਰਕਾਰ ਨੇ ਦੁਆਰਾ। ਹਾਂਜੀ ਠੀਕ ਆ। ਅਤੇ ਸਰ ਕਿੰਨਾ ਟਾਈਮ ਲੱਗਦਾ ਇੱਕ ਜਿਪਸੀ ਨੂੰ ਤਿਆਰ ਹੋਣ ਵਾਸਤੇ? ਭਾਅ ਜੀ ਇੱਦਾਂ ਆ ਵੀ ਬੰਦੇ ਦੀ ਡਿਮਾਂਡ ਦੇ ਹਿਸਾਬ ਨਾਲ ਆ, ਕੀ ਉਹਨੇ ਕੰਮ ਕਰਾਉਣਾ ਕੀ ਨਹੀਂ ਕਰਾਉਣਾ। ਨੀਅਰ ਅਬਾਊਟ ਜੇ ਅਸੀਂ ਉੱਦਾਂ ਲਾ ਕੇ ਚੱਲੀਏ, ਸਾਡੇ 1.5-2 ਮਹੀਨੇ ਲਾ ਦਈਦੇ, ਅਸੀਂ 1.5-2 ਮਹੀਨੇ ਦੇ ਵਿੱਚ ਰੈਡੀ ਕਰ ਦਿੰਦੇ ਗੱਡੀ। ਹਾਂਜੀ, A-to-Z। ਅਤੇ ਮਤਲਬ ਕਲਰ ਵੀ ਸਰ ਕੋਈ ਵੀ ਆਪਾਂ ਕਰਾ ਸਕਦੇ? ਭਾਅ ਜੀ ਕਲਰ ਕੋਈ ਵੀ ਡਿਮਾਂਡ ਆ, ਜਦੋਂ ਡਿਸਪੋਜ਼ਲ ਗੱਡੀ ਆਉਣੀ ਉਹਦੇ 'ਤੇ ਤੁਸੀਂ ਬਲੈਕ ਕਰਾਓ, ਵਾਈਟ ਕਰਾਓ, ਮੈਟ ਕਰਾਓ, ਗਲੋਸੀ, ਕੋਈ ਵੀ ਕਰਾਉਣਾ, ਪਰਲ ਕਰਾਉਣਾ, ਹਰ ਚੀਜ਼ ਅਸੀਂ ਕਰਕੇ ਦਿੰਦੇ।
ਮਤਲਬ ਇਹਨਾਂ ਕੋਲ ਤੁਹਾਨੂੰ ਕਲਰ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਉਹ ਵੀ ਕਰਵਾ ਸਕਦੇ ਹੋ ਅਤੇ ਗੱਡੀ ਜਿੰਨੇ ਚਿਰ ਕਰਕੇ ਦਿੰਦੇ ਤੁਹਾਨੂੰ ਉਹ ਵੀ ਨਾ ਰੇਟ ਦੱਸਦੇ। ਫਿਰ ਵੀ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਤਾਂ ਇਸ ਨੇ ਮੈਂ ਕੰਟੈਕਟ ਨੰਬਰ ਵੀ ਪਾਉਣ ਲੱਗਿਆ, ਤੁਸੀਂ ਇੱਥੇ ਨੂੰ ਕੰਟੈਕਟ ਕਰ ਸਕਦੇ ਹੋ ਅਤੇ ਬੇਝਿਜਕ ਫੋਨ ਕਰਿਓ। ਸਰ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਕਿ ਮਤਲਬ ਜਿੱਦਾਂ ਕਿ ਲਾਈਟਸ ਹੋ ਗਈਆਂ ਜਾਂ ਕੁਛ ਹੋਰ ਚੀਜ਼ਾਂ ਨੇ, ਇਹ ਵੀ ਤੁਸੀਂ ਅਵੇਲੇਬਲ ਕਰਾ ਦਿੰਦੇ ਹੋ ਜਾਂ? ਹਾਂਜੀ ਬਿਲਕੁਲ ਭਾਅ ਜੀ, ਅੱਜ ਕੱਲ੍ਹ ਜਿੱਦਾਂ ਟਰੈਂਡ ਚੱਲਦਾ ਬਾਰ ਲਾਈਟ ਹੋ ਗਿਆ ਜਾਂ ਫੋਕ ਲਾਈਟਾਂ ਵੱਡੀਆਂ, ਲਾਈਟ ਫੋਰ ਐਚ ਆਈ ਡੀਆਂ ਲਵਾਉਂਦੇ ਆ ਮੁੰਡੇ, ਉਹ ਹਰ ਚੀਜ਼ ਆਪਣੇ ਕੋਲ ਅਵੇਲੇਬਲ ਆ। ਵਿੰਚ ਤੋਂ ਲੈ ਕੇ ਲਾਈਟਾਂ, ਕੋਈ ਵੀ ਅਸੈਸਰੀਜ਼ ਦੀ ਚੀਜ਼ ਆਪਾਂ ਅਵੇਲੇਬਲ ਕਰਾ ਦਈਦੀ ਆ। ਕੁਛ ਕੁ ਪਈਆਂ ਵੀ ਹੁੰਦੀਆਂ ਸਾਡੇ ਕੋਲ, ਵਿੰਚਾਂ ਹੁੰਦੀਆਂ, ਅਸੀਂ ਐਡਵਾਂਸ 'ਚ ਪਹਿਲਾਂ ਹੀ ਲਿਆ ਕੇ ਰੱਖੀਆਂ ਹੁੰਦੀਆਂ ਤਾਂ ਕਿ ਸਾਨੂੰ ਕਿਤੇ ਜਾਣਾ ਨਾ ਪਵੇ, ਕਿ ਜੋ ਵੀ ਪਸੰਦ ਹੁੰਦੀ ਮਾਰਕੀਟ 'ਚੋਂ ਅਸੀਂ ਲੈ ਕੇ ਉਹ ਲਾ ਦਈਦੀ ਆ ਗੱਡੀ ਨੂੰ। ਹਾਂਜੀ, ਅਤੇ ਇਹ ਸੀਗੀ ਇਹਨਾਂ ਦੇ ਰਿਲੇਟਿਡ ਡਿਟੇਲ ਜਿਹੜੀ ਸੀਗੀ ਤੁਹਾਨੂੰ ਸਾਰੀ ਦਿੱਤੀ ਆ। ਸਰ ਇੱਕ ਚੀਜ਼ ਹੋਰ ਦੱਸ ਦਿਓ ਵੀ ਤੁਹਾਡਾ ਓਪਨਿੰਗ ਟਾਈਮ ਅਤੇ ਕਲੋਜ਼ਿੰਗ ਟਾਈਮ ਕੀ ਆ ਸ਼ੋਰੂਮ ਦਾ? ਜੀ ਉੱਦਾਂ ਆਪਣਾ ਰਿਹਾਇਸ਼ ਤਾਂ ਘਰ ਉੱਪਰ ਹੀ ਆ ਗੈਰੇਜ ਦੇ, ਬਟ ਫਿਰ ਵੀ ਅਸੀਂ 9:30 ਓਪਨ ਕਰ ਦਿੰਦੇ ਹਾਂ ਅਤੇ 7:30 ਸਾਡਾ ਕਲੋਜ਼ਿੰਗ ਟਾਈਮ ਆ ਲਾਸਟ, ਅਤੇ ਸੰਡੇ ਨੂੰ ਅਸੀਂ ਆਫ ਹੁੰਦੇ ਹਾਂ ਸੰਡੇ ਨੂੰ। ਹਾਂਜੀ ਹਾਂਜੀ, ਅਤੇ ਇਹ ਇਹਨਾਂ ਦਾ ਓਪਨਿੰਗ ਅਤੇ ਕਲੋਜ਼ਿੰਗ ਟਾਈਮ ਆ। ਸਰ ਆਪਣਾ ਕਾਰਡ ਇੱਕ ਤੁਹਾਡਾ ਮੈਨੂੰ ਦੇ ਦਿਓ। ਇਹ ਇਹਨਾਂ ਦਾ ਕਾਰਡ ਆ, ਇਹਦੇ 'ਤੇ ਸਾਰੀ ਡਿਟੇਲ, ਇਹਦੇ ਫੋਨ ਨੰਬਰ ਵਗੈਰਾ, ਸਾਰਾ ਐਡਰੈਸ ਵਗੈਰਾ ਵੀ ਲਿਖਿਆ ਹੋਇਆ, ਅਤੇ ਤੁਸੀਂ ਇੱਥੇ ਇਹਨਾਂ ਨੂੰ ਈਜ਼ੀਲੀ ਫੋਨ ਵੀ ਕਰ ਸਕਦੇ ਹੋ, ਕਿਸੇ ਨੇ ਆਉਣਾ ਹੋਵੇ ਤਾਂ ਤੁਸੀਂ ਆ ਵੀ ਸਕਦੇ ਹੋ, ਅਤੇ ਤੁਹਾਨੂੰ ਸਾਰੀ ਦੇਣਗੇ ਇਨਫੋਰਮੇਸ਼ਨ, ਕਾਲ ਕਰਕੇ ਤੁਸੀਂ ਪੁੱਛ ਵੀ ਸਕਦੇ ਹੋ, ਤਾਂ ਦੂਰ ਵਾਲੇ ਸਬਸਕ੍ਰਾਈਬਰਸ ਨੇ ਜਾਂ ਉਹਨਾਂ ਨੂੰ ਕੋਈ ਹੁੰਦਾ ਤਾਂ ਤੁਸੀਂ ਇੱਥੇ ਇਹਨੂੰ ਫੋਨ ਕਰ ਸਕਦੇ। ਸਰ ਇੱਕ ਵਾਰੀ ਐਡਰੈਸ ਆਪਾਂ ਮੈਂ ਚਾਹੁੰਦਾ ਕਿ ਤੁਸੀਂ ਬੋਲ ਕੇ ਵੀ ਦੱਸ ਦਿਓ ਪ੍ਰੋਪਰ। ਹਾਂਜੀ ਹਾਂਜੀ ਭਾਅ ਜੀ, ਆਪਣਾ ਜਲੰਧਰ 'ਚ ਆ ਮੇਨ ਗੈਰੇਜ, ਨੀਅਰ ਸਪੋਰਟਸ ਕਾਲਜ, ਕਪੂਰਥਲਾ ਚੌਂਕ ਦੇ ਕੋਲ ਸਪੋਰਟਸ ਕਾਲਜ ਆ, ਉਹਦੇ ਬਿਲਕੁਲ ਨਾਲ ਗਲੀ ਦੇ ਅੰਦਰ ਗੈਰੇਜ ਆ। ਕਿਸੇ ਨੂੰ ਵੀ ਪੁੱਛ ਸਕਦੇ ਆ, ਜੇ ਤੁਸੀਂ ਸਾਡੇ ਕੋਲ ਡਿਟੇਲ ਹੈਗੀ, ਤੁਹਾਡੇ ਕੋਲ ਨੰਬਰ ਤੁਹਾਨੂੰ ਆਨਲਾਈਨ ਸ਼ੋਅ ਹੋਣਗੇ ਇੱਥੇ ਵੀਡੀਓ 'ਚ, ਤੁਸੀਂ ਕਾਲ ਵੀ ਕਰ ਸਕਦੇ, ਨਹੀਂ ਪਤਾ ਲੱਗਦਾ ਉੱਦਾਂ ਬਹੁਤ ਈਜ਼ੀਲੀ ਔਨ ਰੋਡ ਹੀ ਆ, ਸੜਕ 'ਤੇ ਹੀ ਆ। ਹਾਂਜੀ, ਵਰਕਸ਼ਾਪ ਦਾ ਨਾਮ ਅਸੀਂ ਕੀ ਪ੍ਰੋਪਰ ਚੱਲਦਾ? ਗੁਰਦਿਆਲ ਸਿੰਘ ਸੰਸ ਦੇ ਨਾਮ ਤੇ, ਮੇਰੇ ਦਾਦਾ ਜੀ ਦੇ ਨਾਮ ਤੇ ਗੈਰੇਜ ਆ ਗੁਰਦਿਆਲ ਸਿੰਘ ਸੰਸ। ਤੇ ਸਰ ਆਪਾਂ ਮੇਰੇ ਹਿਸਾਬ ਨਾਲ ਕਾਫੀ ਪੁਰਾਣਾ ਕੰਮ ਕਰਦੇ ਆ। ਹਾਂਜੀ ਹਾਂਜੀ, ਇਹ 1986-87 ਤੋਂ ਆ ਜੀ। ਹਾਂਜੀ ਹਾਂਜੀ, ਦਾਦਾ ਜੀ ਹੁੰਦੇ ਸੀ, ਫਿਰ ਡੈਡੀ ਹੁਣੀ ਆ, ਹੁਣ ਮੈਂ ਆ, ਉਹਨਾਂ ਦੇ ਨਾਲ ਹੀ ਆ, ਅਸੀਂ ਇਕੱਠੇ ਹੀ ਕਰਦੇ ਸਾਰੇ। ਹਾਂਜੀ, ਤੇ ਇਹ ਸੀਗੀ ਵੀ ਇਹਨਾਂ ਦੀ ਡਿਟੇਲ ਤੇ ਸਾਰੀ ਇਨਫੋਰਮੇਸ਼ਨ, ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਤੇ ਥੈਂਕ ਯੂ ਸਰ ਤੁਹਾਡਾ ਬਹੁਤ ਬਹੁਤ, ਤੁਸੀਂ ਟਾਈਮ ਦਿੱਤਾ ਤੇ ਇਨਫੋਰਮੇਸ਼ਨ ਸ਼ੇਅਰ ਕੀਤੀ। ਤੇ ਬਾਕੀ ਕਿਸੇ ਨੂੰ ਮੇਰੇ ਰਿਲੇਟਿਡ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ _ਕਰਨ ਦੇ ਨਾਮ ਦੇ ਉੱਤੇ, ਤੇ ਕਿਸੇ ਇਨਕੁਆਇਰੀ ਵਾਸਤੇ ਜਾਂ ਕਿਸੇ ਕੋਲੈਬੋਰੇਸ਼ਨ ਵਾਸਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਮੇਰੇ ਈਮੇਲ ਐਡਰੈਸ ਦੇ ਉੱਤੇ। ਤੇ ਹੁਣ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਦਾ ਵਲੌਗ ਲੈ ਕੇ, ਤੇ ਬਟ ਉਹ ਤੋਂ ਪਹਿਲਾਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਬਟਨ ਵੀ ਪ੍ਰੈਸ ਕਰਿਓ, ਕਿਉਂਕਿ ਤੁਹਾਨੂੰ ਨਵੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ। ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ, ਕਿਉਂਕਿ ਮੇਰਾ ਇਹਦੇ ਨਾਲ ਕਮੈਂਟ ਵੀ ਕਰਿਆ ਕਰੋ ਤੇ ਮੈਨੂੰ ਮੋਟੀਵੇਸ਼ਨ ਮਿਲਦੀ ਹੈ, ਤੇ ਆਪਾਂ ਹੋਰ ਤੁਹਾਡੇ ਵਾਸਤੇ ਵਧੀਆ ਵਧੀਆ ਇੱਦਾਂ ਪ੍ਰੋਜੈਕਟ ਜਿਹੜੇ ਨੇ ਆਪਣੇ ਪੰਜਾਬ ਵਿੱਚ ਬੰਦੇ ਕੰਮ ਕਰਦੇ ਨੇ ਉਹ ਲੈ ਕੇ ਆਊਂਗਾ ਮੈਂ। ਤੇ ਬਾਏ, ਥੈਂਕ ਯੂ ਸੋ ਮਚ।